ਕਿਉਂਕਿ ਵਿਦਿਆ ਜੋ ਪਰਉਪਕਾਰੀ ਸੀ ਨਾ ਅਸੀਂ ਕੇਵਲ ਅਸੀਂ ਵਿਦਿਆ ਦਾ ਮਤਲਬ ਬਣਾ ਲਿਆ ਹੈ ਕਿ ਦੌਲਤ ਕਮਾਣੀ ਜਦੋਂ ਤੁਹਾਡੇ ਵਿੱਚ ਵਪਾਰ ਦੀ ਮਨਸ਼ਾ ਆ ਜਾਏਗੀ ਉਦੋਂ ਤੁਸੀਂ ਬੱਚਿਆਂ ਦੀ ਸਟੂਡੈਂਟਸ ਦੀ ਜਾਂ ਉਹਨਾਂ ਦੇ ਘਰ ਦੇ ਦੀ ਬਿਲਕੁਲ ਪਰਵਾਹ ਨਹੀਂ ਕਰੋਗੇ ਤੁਸੀਂ ਉਸ ਨੂੰ ਇੱਕ ਆਪਣੀ ਮੰਡੀ ਦਾ ਇੱਕ ਪ੍ਰੋਡਕਟ ਸਮਝ ਲੱਗ ਜਾਓਗੇ ਜਦੋਂ ਜਿਹੜਾ ਬੱਸ ਦਾ ਡਰਾਈਵਰ ਹੈ ਇਹ ਸੋਚ ਕੇ ਬੱਸ ਚਲਾਏਗਾ ਨਾ ਕਿ ਜਿਹੜੇ ਬੱਸ ਦੇ ਵਿੱਚ ਬੱਚੇ ਬੈਠੇ ਨੇ ਇਹ ਮੇਰੇ ਬੱਚੇ ਨੇ ਮੇਰੇ ਧੀਆਂ ਪੁੱਤਰ ਨੇ ਉਹਨੂੰ ਆਪਣੇ ਜਿਗਰ ਦੇ ਟੁਕੜੇ ਵਿਖਣਗੇ ਨਾ ਤਾਂ ਫਿਰ ਉਹ ਬਸ ਕਦੇ ਵੀ ਅਣਗੈਲੀ ਨਾਲ ਨਹੀਂ ਚਲੇਗਾ ਪਰ ਜਿਹੜੀ ਜ਼ਿੰਦਗੀ ਚਲੇਗੀ ਜਿਹੜੀ ਜਾਨ ਚਲੇਗੀ ਉਹ ਮੁੜ ਕੇ ਜਾਨ ਪੈਸਿਆਂ ਚ ਨਹੀਂ ਆਉਣੀ ਉਹਦੇ ਨਾਲ ਜਰੂਰ ਉਹਨੂੰ ਹੈਲਪ ਤਾਂ ਜਰੂਰ ਹੋ ਜਾਂਦੀ ਹੈ ਘਰਦਿਆਂ ਨੂੰ ਪਰ ਮੁੜ ਕੇ ਵਾਪਸ ਨਹੀਂ ਆਉਂਦੀ ਜਿਹੜੇ ਡਰਾਈਵਰ ਅੱখে ਜਾ ਰਹੇ ਨੇ ਉਹ ਡਰਾਈਵਰਾਂ ਦੀ ਕੀ ਜ਼ਿੰਮੇਵਾਰੀ ਹੈ ਡਰਾਈਵਰ ਵੀ ਪ੍ਰੋਪਰ ਉਹਦੇ ਕੋਲ ਯੂਨੀਫਾਰਮ ਪ੍ਰੋਪਰ ਐਕਸਪੀਰੀਅੰਸ ਪ੍ਰੋਪਰ ਨੋਲਿਜ ਹੈ ਉਹਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਹਾ ਜਸਪੀਤ ਸਿੰਘ ਆਸ਼ਕ ਤੇ ਸਵਾਗਤ ਕਰਦਾ ਤੁਹਾਡਾ ਸਟਾਰ ਕੈਨੇਡਾ ਟੀਵੀ ਉੱਤੇ ਆਪਣੇ ਸ਼ੋਅ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਸਕੂਲੀ ਬਿਜ਼ਨਸ ਨੂੰ ਲੈ ਕੇ ਸਕੂਲੀ ਬਿਜ਼ਨਸ ਇਸ ਕਰਕੇ ਕਿਉਂਕਿ ਸਕੂਲਾਂ ਦੇ ਵਿੱਚ ਹੁਣ ਵਿਦਿਆ ਦੀ ਜਗ੍ਹਾ ਬਿਜ਼ਨਸ ਚਲਾਇਆ ਜਾਂਦਾ ਆ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਸਾਡੇ ਸਾਹਮਣੇ ਆਈਆਂ ਨੇ ਚਾਹੇ ਉਹ ਸਕੂਲਾਂ ਦੇ ਅੰਦਰ ਦੀਆਂ ਹੋਣ ਚਾਹੇ ਬਾਹਰ ਦੀਆਂ ਹੋਣ ਪਰ ਜੁੜੀਆਂ ਸਕੂਲਜ਼ ਨਾਲੇ ਹੁੰਦੀਆਂ ਨੇ ਚਾਹੇ ਉਹ ਸ਼ੋਸ਼ਣ ਦੀ ਹੋਵੇ ਮਾਨਸਿਕ ਜਾਂ ਫਿਰ ਸਰੀਰਿਕ ਜਾਂ ਫਿਰ ਅਸੀ ਘਟਨਾ ਜਿਹਦੇ ਵਿੱਚ ਬੱਚਾ ਜਿਆ ਸੁਸਾਈਡ ਕਰ ਲੈਂਦਾ ਜਾਂ ਖੁਦ ਬੱਚੇ ਨੁਕਸਾਨੇ ਜਾਂਦੇ ਨੇ ਜਿਵੇਂ ਕਿ ਲੋਂਗੋਵਾਲ ਦੇ ਵਿੱਚ ਘਟਨਾ ਹੋਈ ਆ ਚਾਰ ਬੱਚੇ ਇੱਕ ਸਕੂਲੀ ਬੈਂ ਦੇ ਵਿੱਚ ਮਰੇ ਗਏ ਬਹੁਤ ਸਾਰੀਆਂ ਐਸੀਆਂ ਵੀ ਘਟਨਾਵਾਂ ਨੇ ਪਰ ਅਸੀਂ ਸਿਰਫ ਉਹਨਿਕ ਦਿਨ ਹੀ ਰੌਲਾ ਪਾਉਂਦੇ ਆ ਜਿੰਨੇ ਦਿਨ ਇਹ ਮੁੱਦਾ ਗਰਮ ਰਹਿੰਦਾ ਆ ਤੇ ਫਿਰ ਚੁੱਪ ਕਰਕੇ ਬਹਿ ਜਾਂਦੇ ਆ ਪਰ ਇਹ ਬਿਜ਼ਨਸ ਕਰਨ ਵਾਲੇ ਕੰਟੀਨਿਊ ਸਾਡਾ ਸ਼ੋਸ਼ਣ ਕਰਦੇ ਰਹਿੰਦੇ ਨੇ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਹੋਵੇ ਬਹੁਤ ਸਾਰੇ ਪੱਖ ਨੇ ਇਹ ਘਟਨਾਵਾਂ ਹੁੰਦੀਆਂ ਕਿਉਂ ਨੇ ਕੌਣ ਇਹਨਾਂ ਲਈ ਜ਼ਿੰਮੇਵਾਰ ਹੁੰਦਾ ਤੇ ਕਿਹਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਚਾਹੇ ਉਹ ਪ੍ਰਸ਼ਾਸਨ ਆ ਸਕੂਲ ਦੇ ਚਾਹੇ ਉਹ ਫਿਰ ਮਾਪੇ ਨੇ ਬਹੁਤ سارے ਸਵਾਲ ਨੇ ਜਿਨ੍ਹਾਂ ਦਾ ਅੱਜ ਅਸੀਂ ਜਵਾਬ ਲਵਾਂਗੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਐਡਵੋਕੇਟ ਗਗਨਦੀਪ ਸਿੰਘ ਗੁਰਾਇਆ ਆਓ ਸਭ ਤੋਂ ਪਹਿਲਾਂ ਇਹਨਾਂ ਦਾ ਵੈਲਕਮ ਕਰੀਏ ਸਤਿ ਸ਼੍ਰੀ ਅਕਾਲ ਗੁਰਾਇਆ ਸਾਹਿਬ ਬੱਖ-ਵੱਖ ਮੁੱਦਿਆਂ ਉੱਤੇ ਚਰਚਾ ਕਰਾਂਗੇ ਖਾਸ ਕਰਕੇ ਸਕੂਲਾਂ ਨਾਲ ਜੁੜੇ ਹੋਏ ਕਿਉਂਕਿ ਇਹ ਹੁਣ ਇੱਕ ਬਿਜ਼ਨਸ ਬਣ ਚੁੱਕਿਆ ਸਭ ਤੋਂ ਪਹਿਲਾਂ ਗੱਲ ਕਰੀਏ ਮਾੜੀਆਂ ਘਟਨਾਵਾਂ ਦੀ ਚਾਹੇ ਉਹ ਲੋਂਗੋਵਾਲ ਦੀ ਘਟਨਾ ਹੈ ਚਾਹੇ ਉਹ ਲੁਧਿਆਣੇ ਦੀ ਪਿੱਛੇ ਘਟਨਾ ਵਾਪਰੀ ਜਾਂ ਬੱਚੀ ਨਾਲ ਸ਼ੋਸ਼ਣ ਹੋਇਆ ਸੀ ਬਹੁਤ ਸਾਰੀਆਂ ਸਕੂਲ ਦੇ ਅੰਦਰ ਐਸੀਆਂ ਘਟਨਾਵਾਂ ਹੁੰਦੀਆਂ ਕਿ ਚਾਕੂ ਨਾਲ ਹਮਲਾ ਹੁੰਦਾ ਬੱਚੇ ਉੱਤੇ ਜਾਂ ਡਰਾਈਵਰ ਵੱਲੋਂ ਹੁੰਦਾ ਕਿ ਸਟਾਫ ਪਰੇਸ਼ਾਨ ਕਰਦਾ ਜੀ ਬੇਸਿਕਲੀ ਦੇਖਿਆ ਜਾਵੇ ਤਾਂ ਦੋਸ਼ੀ ਕੌਣ ਹੈ ਜਸਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਜੋ ਲੋਂਗੋ ਵਾਲੇ ਵਿੱਚ ਹਾਦਸਾ ਹੋਇਆ ਹੈ ਜੋ ਚਾਰ ਬੱਚੇ ਉੱਥੇ ਨਿੱਕੀਆਂ ਜਿੰਦਾ ਜੋ ਜਿਉਂਦੇ ਸੜ ਗਏ ਵਾਹਨ ਦੇ ਵਿੱਚ ਮੈਂ ਦਿਲ ਦੀ ਦਿਲ ਦੀ ਵੇਦਨਾ ਦੇ ਵਿੱਚੋਂ ਬੜੀ ਦਿਲ ਦੇ ਵਿੱਚ ਇੱਕ ਪੀੜਾ ਉਹਨਾਂ ਬੱਚਿਆਂ ਪ੍ਰਤੀ ਸਭ ਤੋਂ ਪਹਿਲਾਂ ਤਾਂ ਮੈਂ ਸ਼ਰਧਾਂਜਲੀ ਭੇਟ ਕਰਨੀ ਚਾਹਾਂਗਾ ਉਹਨਾਂ ਬੱਚਿਆਂ ਨੂੰ ਕਿਉਂਕਿ ਜਦੋਂ ਐਦਾਂ ਦੇ ਹਾਦਸੇ ਹੁੰਦੇ ਨੇ ਦਿਲ ਤੇ ਬੜੀ ਗਹਿਰੀ ਚੋਟ ਲੱਗਦੀ ਹੈ ਸੋ ਮੈਂ ਉਸ ਅਕਾਲ ਪੁਰਖ ਪਰਮਾਤਮਾਗੇ ਅਰਦਾਸ ਕਰਾਂਗਾ ਕਿ ਉਹਨਾਂ ਬੱਚਿਆਂ ਦੀ ਆਤਮਾ ਨੂੰ ਪਰਮਾਤਮਾ ਸ਼ਾਂਤੀ ਬਖਸ਼ੇ ਤੇ ਨਾਲ ਇਹ ਅਰਦਾਸ ਕਰਾਂਗਾ ਕਿ ਪੰਜਾਬ ਦੀ ਧਰਤੀ ਨਾ ਕੇਵਲ ਪੰਜਾਬ ਦੀ ਬਲਕਿ ਦੁਨੀਆ ਦੀ ਧਰਤੀ ਤੇ ਕਿਤੇ ਵੀ ਐਦਾਂ ਦਾ ਹਾਦਸਾ ਮੁਰਨਾ ਮੁਰਨਾ ਵਾਪਰੇ ਹਰੇਕ ਮਾਂ ਪਿਓ ਦੇ ਬੱਚੇ ਇਹ ਛੋਟੇ ਛੋਟੇ ਬੱਚੇ ਜੋ ਖਿੜਨ ਤੋਂ ਪਹਿਲਾਂ ਫੁੱਲ ਜਿਹੀਆਂ ਸੀ ਛੋਟੇ ਛੋਟੇ ਕਲੀਆਂ ਸੀ ਅਜੇ ਖਿੜੇ ਨਹੀਂ ਸੀ ਹੈਗੇ ਉਹ ਇਸ ਇਸ ਤਰੀਕੇ ਨਾਲ ਤੜਫ ਤੜਫ ਕੇ ਜਿਵੇਂ ਉਹਨਾਂ ਨੇ ਜਾਨ ਦਿੱਤੀ ਹੋएगी ਉਹਨੂੰ ਇਮੇਜਨ ਕਰਨਾ ਮਤਲਬ ਇੱਕ ਵਾਰੀ ਝੁਣਚ ਨਹੀਂ ਛੱਡ ਜਾਂਦੀ ਆ ਤੁਹਾਡੇ ਦਿਲ ਦੇ ਵਿੱਚ ਮੈਂ ਅਰਦਾਸ ਕਰਦਾ ਕਿ ਇਦਾਂ ਦੀ ਘਟਨਾ ਮੁੜ ਕੇ ਨਾ ਵਾਪਰੇ ਤੇ ਆਪਾਂ ਅੱਜ ਇਸੇ ਕਰਕੇ ਬੈਠੇ ਆ ਕਿ ਡਿਸਕਸ ਕਰਨ ਲਈ ਨਾ ਕੇਵਲ ਡਿਸਕਸ ਕਰਨ ਲਈ ਕਿ ਅਲੱਗ-ਅਲੱਗ ਲੋਕਾਂ ਨੂੰ ਕਿੰਨੀ ਕਿਹਦੀ ਜ਼ਿੰਮੇਵਾਰੀ ਬਣਦੀ ਹੈ ਕਿਹਦੀ ਪਹਿਲੀ ਉੱਤੇ ਆਪਾਂ ਚਰਚਾ ਕਰਨ ਲਈ ਜੀ ਜੀ ਬਿਲਕੁਲ ਬਿਲਕੁਲ ਜੀ ਇਹਦੇ ਲਈ ਆਪਾਂ ਇਹ ਹੀ ਵੇਖਣਾ ਵੀ ਜ਼ਿੰਮੇਵਾਰੀ ਬਣਦੀ ਕਿਹਦੀ ਹੈ ਤੁਸੀਂ ਸ਼ੁਰੂਆਤ ਕੀਤੀ ਸੀ ਗੱਲ ਦੀ ਆਪਾਂ ਸਭ ਤੋਂ ਪਹਿਲਾਂ ਗੱਲ ਵਿੱਦਿਆ ਤੋਂ ਸ਼ੁਰੂ ਕਰਦੇ ਹਾਂ ਧੰਗ ਗੁਰੂ ਨਾਨਕ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਆਖਿਆ ਕਿ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਕਿ ਵਿੱਦਿਆ ਵਿਚਾਰ ਕੇ ਤੁਸੀਂ ਪਰਉਪਕਾਰੀ ਬੰਨਾ ਪਰ ਅੱਜ ਜੇ ਅਸੀਂ ਜੋ ਛਾਤੀ ਮਾਰਦੇ ਹਾਂ ਕਿਉਂਕਿ ਇੱਕ ਬੜਾ ਪਵਿੱਤਰ ਰਿਸ਼ਤਾ ਸੀ ਉਸਤਾਦ ਟੀਚਰ ਦਾ ਤੇ ਸਟੂਡੈਂਟ ਦਾ ਕੀ ਆ ਜੋ ਰਿਸ਼ਤਾ ਕਾਇਮ ਹੈ ਅੱਜ ਵਾਕਈ ਸਹੀ ਸ਼ਬਦਾਂ ਦੇ ਵਿੱਚ ਜੋ ਸਕੂਲ ਨੇ ਸਕੂਲ ਦੇ ਮਾਲਕ ਨੇ ਜਾਂ ਸਕੂਲ ਦੀ ਐਡਮਿਨਿਸਟ੍ਰੇਸ਼ਨ ਹੈ ਜਾਂ ਸਾਡੇ ਟੀਚਰ ਨੇ ਉਹ ਇਹ ਰਿਸ਼ਤਾ ਦਾ ਕਰ ਰਹੇ ਨੇ ਅੱਜ ਜੋ ਵਿਦਿਆ ਵਿਚਾਰੀ ਪਰਉਪਕਾਰੀ ਦੀ ਗੱਲ ਚੱਲ ਰਹੀ ਹੈ ਪਰਉਪਕਾਰ ਕਰਨਾ ਸੀ ਪਰ ਕੀ ਵਿੱਦਿਆ ਦੇਣ ਵਾਲੇ ਜਾਂ ਵਿੱਦਿਆ ਲੈਣ ਵਾਲੇ ਇਹ ਪਰਉਪਕਾਰ ਦੇ ਉੱਪਰ ਖੜੇ ਨੇ ਦੋਨੋਂ ਹੀ ਪੱਛੂਕੇ ਨੇ ਦੋਨੋਂ ਪੱਛੂਕੇ ਕਿਉਂਕਿ ਵਿੱਦਿਆ ਜੋ ਪਰਉਪਕਾਰੀ ਸੀ ਨਾ ਅਸੀਂ ਕੇਵਲ ਅਸੀਂ ਵਿੱਦਿਆ ਦਾ ਮਤਲਬ ਬਣਾ ਲਿਆ ਕਿ ਦੌਲਤ ਕਮਾਣੀ ਭਾਵੇਂ ਉਹ ਵਿਦਿਆ ਵੇਚ ਕੇ ਕਮਾਈ ਜਾਵੇ ਭਾਵੇਂ ਵਿਦਿਆ ਗ੍ਰਹਿਣ ਕਰਨ ਵਾਲਾ ਉਹਦੀ ਆਸ ਹੁੰਦੀ ਹੈ ਕਿ ਮੈਂ ਵਿਦਿਆ ਗ੍ਰਹਿਣ ਕਰਕੇ ਮੁੜ ਕੇ ਦੌਲਤ ਕਮਾਣੀ ਹੈ ਠੀਕ ਹੈ ਦੌਲਤ ਗੁਜ਼ਰਾਨ ਸੀ ਪਰ ਉਹਦੇ ਨਾਲ ਅਸੀਂ ਇੱਕ ਆਚਾਰ ਜੋ ਸਾਡਾ ਸੀ ਸਮਾਜ ਦੇ ਵਿੱਚ ਕਰੈਕਟਰ ਬਣਾਉਣਾ ਸੀ ਉਹ ਕਿਤੇ ਨਾ ਕਿਤੇ ਮੰਫੀ ਹੋ ਚੁੱਕਿਆ ਹੈ। ਗਰੇਵ ਸਾਹਿਬ ਇਸ ਉੱਤੇ ਵੀ ਚਰਚਾ ਕਰ ਰਹੇ ਕਿ ਬੀਨਸ ਇਹ ਬਹੁਤ ਵੱਡਾ ਹੈ ਇਸ ਉਤੇ ਹਰ ਪੱਖ ਤੇ ਚਰਚਾ ਕਰ ਰਹੇ ਪਰ ਸਭ ਤੋਂ ਪਹਿਲਾਂ ਗੱਲ ਕਰੀਏ ਜਿਹੇ ਜਿਹੇ ਘਟਨਾਵਾ ਵਾਪਰਦੀਆਂ ਨੇ ਤਾਂ ਅਸਲੀ ਚ ਦੋਸ਼ੀ ਹੁੰਦਾ ਕੌਣਾ ਕਿ ਸਕੂਲ ਦੋਸ਼ੀ ਹੁੰਦਾ ਜਾਂ ਫਿਰ ਪ੍ਰਸ਼ਾਸਨ ਦੋਸ਼ੀ ਹੁੰਦਾ ਕਿਉਂਕਿ ਪ੍ਰਸ਼ਾਸਨ ਜਿਹੜਾ ਹੈ ਉਹ ਧਿਆਨ ਨਹੀਂ ਦੇ ਰਿਹਾ ਜਾਂ ਫਿਰ ਮਾਪੇ ਹੁੰਦੇ ਨੇ ਜਿਹੜਾ ਕੁਝ ਦੇਖ ਕੇ ਬਿਨਾਂ ਦੇਖੇ ਬੱਚੇ ਲਾ ਦਿੰਦੇ ਨੇ ਜਿਵੇਂ ਕਿ ਪਿਛਲੇ ਘਟਨਾਵਾ ਚ ਆਪਾਂ ਦੇਖਿਆ ਜੀ ਜਸਪ੍ਰੀਤ ਜੀ ਮੈਂ ਤਾਂ ਸਭ ਤੋਂ ਪਹਿਲਾਂ ਮੈਂ ਇ ਕਿਉਂਕਿ ਮੈਂ ਵੀ ਸਿਸਟਮ ਦਾ ਹਿੱਸਾ ਆਫਟਰ ਆਲ ਵੀ ਆਰ ਪਾਰਟ ਆਫ ਦੀ ਸੋਸਾਇਟੀ ਜੀ ਅਸੀਂ ਇੱਕ ਸੋਸਾਇਟੀ ਦਾ ਹਿੱਸਾ ਮੈਂ ਵੀ ਦੋਸ਼ੀ ਹਾਂ ਤੁਸੀਂ ਵੀ ਦੋਸ਼ੀ ਹੋ ਹਮ ਸਮਾਜ ਵੀ ਦੋਸ਼ੀ ਹੈ ਐਡਮਿਨਿਸਟ੍ਰੇਸ਼ਨ ਸਰਕਾਰਾਂ ਸਭ ਦਾ ਕਿਤੇ ਨਾ ਕਿਤੇ ਥੋੜਾ 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 ਰੋਲ ਹੈ ਪਰ ਜ਼ਿਆਦਾ ਰੋਲ ਕਿਦਾ ਅਸੀਂ ਜਦੋਂ ਵਿਦਿਆ ਨੂੰ ਵਪਾਰ ਬਾਜ਼ਾਰ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਭਾਵੇਂ ਸਰਕਾਰ ਦੀਆਂ ਪਾਲਿਸੀਆਂ ਭਾਵੇਂ ਉਹ ਪ੍ਰਸ਼ਾਸਨ ਹੈ ਭਾਵੇਂ ਅਸੀਂ ਆ ਅਸੀਂ ਖੁਦ ਆਪਣੇ ਆਪ ਨੂੰ ਦੋਸ਼ੀ ਮੰਨ ਕੇ ਜਦੋਂ ਸ਼ੁਰੂਆਤ ਇੱਥੋਂ ਕਰਾਂਗੇ ਨਾ ਤਾਂ ਸਮਾਜ ਵਿੱਚ ਸੁਧਾਰ ਹੋਣਾ ਆਟੋਮੈਟਿਕਲੀ ਸ਼ੁਰੂ ਹੋ ਜਾਏਗਾ ਕਿਉਂਕਿ ਗੱਲ ਕੀ ਹੈ ਜੋ ਵਿੱਦਿਆ ਨੂੰ ਵੇਚਣ ਵਾਲੇ ਨੇ ਜੋ ਵਿੱਦਿਆ ਦਾ ਵਪਾਰ ਕਰਦੇ ਨੇ ਵਿੱਦਿਆ ਕਦੇ ਵਪਾਰ ਹੋਇਆ ਨਹੀਂ ਸੀ ਇੱਕ ਨੋਬਲ profession ਸੀ ਬੜਾ ਹੀ ਨੋਬਲ ਇਹਨੂੰ ਬੜਾ ਸਤਿਕਾਰਤ profession ਮੈਂ ਜਿਵੇਂ ਪਹਿਲਾਂ ਗੱਲ ਕਰੀ ਹੈ ਹੁਣ ਜਦੋਂ ਵਿੱਦਿਆ ਦਾ ਵਪਾਰੀ ਕਰਨ ਸ਼ੁਰੂ ਹੋ ਚੁੱਕਿਆ ਥਾਂ ਥਾਂ ਤੇ ਵਿੱਦਿਆ ਦੀਆਂ ਦੁਕਾਨਾਂ ਖੁੱਲ ਚੁੱਕੀਆਂ ਭਾਵੇਂ ਸਕੂਲ ਹੋਣ ਭਾਵੇਂ ਕਾਲਜ ਭਾਵੇਂ ਆਇਲ ਸੈਂਟਰ ਭਾਵੇਂ ਜਿ ਯੂਨੀਵਰਸਿਟੀਆਂ ਜ ਇੰਸਟੀਟਿਊਟਸ ਬਾਕੀ ਭਾਵੇਂ ਇੰਸਟੀਟਿਊਟਸ ਕੋਈ ਵੀ ਨੇ ਵਪਾਰ ਕਰਨ ਲੱਗੇ ਜਦੋਂ ਤੁਹਾਡੇ ਵਿੱਚ ਵਪਾਰ ਦੀ ਮਨਸ਼ਾ ਆ ਜਾਏਗੀ ਉਦੋਂ ਤੁਸੀਂ ਬੱਚਿਆਂ ਦੀ ਸਟੂਡੈਂਟਸ ਦੀ ਜਾਂ ਉਹਨਾਂ ਦੇ ਘਰਦਿਆਂ ਦੀ ਬਿਲਕੁਲ ਪਰਵਾਹ ਨਹੀਂ ਕਰੋਗੇ ਤੁਸੀਂ ਉਸ ਨੂੰ ਇੱਕ ਆਪਣੀ ਮੰਡੀ ਦਾ ਇੱਕ ਪ੍ਰੋਡਕਟ ਸਮਝ ਲੱਗ ਜਾਓਗੇ ਤੁਹਾਨੂੰ ਉਹ ਦੇਖੇਗਾ ਕਿ ਇਹ ਸਟੂਡੈਂਟਸ ਨੇ ਸ਼ਾਗਿਰਦ ਨੇ ਬੱਚੇ ਸਟੂਡੈਂਟਸ ਇਹ ਸਾਡੇ ਵਿਦਿਆਲਿਆਣ ਆਏ ਨੇ ਤੁਹਾਨੂੰ ਆਪਣੀ ਮੰਡੀ ਦਾ ਪ੍ਰੋਡਕਟ ਵੇਖਣਗੇ ਕਿ ਅਸੀਂ ਇਹਨਾਂ ਦੇ ਥਰੂ ਪੈਸਾ ਅਰਨ ਕਰਨਾ ਹੈ ਉਹਦੇ ਵਿੱਚ ਕੀ ਹੈ ਸਰਕਾਰ ਦੀਆਂ ਨੀਤੀਆਂ ਉਹ ਵੀ ਬਰਾਬਰ ਦੀਆਂ ਦੋਸ਼ੀ ਨੇ ਐਡਮਿਨਿਸਟ੍ਰੇਸ਼ਨ ਜੋ ਸਕੂਲ ਚਲਾ ਰਹੀ ਉਹਨਾਂ ਨੇ ਬਿਲਕੁਲ ਸਭ ਤੋਂ ਪਹਿਲੀ ਗੱਲ ਤਾਂ ਉਹ ਬਰੀ ਹੋ ਜਾਂਦੇ ਇੱਥੋਂ ਹੀ ਕਹਿੰਦੇ ਨੇ ਜੀ ਅਸੀਂ ਜੋ ਜਦੋਂ ਜਾ ਕੇ ਉਹਨਾਂ ਨਾਲ ਗੱਲ ਕਰੀ ਦੀ ਆ ਲੰਗੋਵਾਲਾ ਹਾਸਾ ਹੋਇਆ ਕਿ ਜੋ ਟਰਾਂਸਪੋਰਟ ਸੀ ਕਿਸੇ ਵੀ ਪ੍ਰਾਈਵੇਟ ਸਕੂਲ ਨਾਲ ਜਾ ਕੇ ਗੱਲ ਕਰ ਲਓ ਵੀ ਜੋ ਟਰਾਂਸਪੋਰਟ ਸੀ ਤਾਂ ਉਹ ਕਹਿੰਦੇ ਨੇ ਸਾਡਾ ਇਹਦੇ ਨਾਲ ਕੋਈ ਲੈ ਗਾ ਦੇਗਾ ਕੋਈ ਨਹੀਂ ਜੀ ਸਾਡਾ ਕੰਸਰਨ ਨਹੀਂ ਕੋਈ ਨਹੀਂ ਸਾਡਾ ਅਲੱਗ ਚੀਜ਼ ਆ ਸਾਡਾ ਸਕੂਲ 'ਚ ਅਸੀਂ ਵਿੱਦਿਆ ਦੇਣੇ ਆ ਜੀ ਇਹ ਬਿਲਕੁਲ ਟਰਾਂਸਪੋਰਟ ਵਿਭਾਗ ਨਾਲ ਲੱਗ ਹੈ ਕੀ ਗੱਲ ਉਹ ਟਰਾਂਸਪੋਰਟ ਵਿਭਾਗ ਦੂਜੀ ਆਮ ਬੱਸਾਂ ਵਾਂਗੂ ਸਮਾਜ ਦੇ ਵਿੱਚ ਇੱਕ ਟਰਾਂਸਪੋਰਟ ਕੰਪਨੀ ਸਥਾਪਿਤ ਕਰਨ ਵਾਸਤੇ ਆਇਆ ਸਕੂਲ ਦੇ ਵਿੱਚ ਬੱਚੇ ਜਾਂਦੇ ਨੇ ਤੁਹਾਡਾ ਸਕੂਲ ਦੇ ਘਰ ਤੋਂ ਲੈ ਕੇ ਸਕੂਲ ਵਿੱਚ ਬੱਚੇ ਨੂੰ ਲੈ ਕੇ ਆਉਣ ਤੱਕ ਉਸ ਤੋਂ ਬਾਅਦ ਛੱਡਣ ਤੱਕ ਕਿਸ ਦੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਕੇਵਲ ਪੈਸਾ ਕਮਾਉਣਾ ਹੀ ਆਪਣੀ ਜ਼ਿੰਮੇਵਾਰੀ ਸਮਝ ਲਿਆ ਜਿੱਥੇ ਤੁਹਾਡੀਆਂ ਅਧਿਕਾਰ ਨੇ ਜਿੱਥੇ ਆਪਣੀ ਕਹਿ ਰਹੇ ਸਾਡੇ ਰਾਈਟਸ ਹੈ ਉੱਥੇ ਡਿਊਟੀਆਂ ਵੀ ਹੈਗੀਆਂ ਸੋ ਤੁਹਾਡੀਆਂ ਤੁਹਾਡੀਆਂ ਸਮਾਜ ਸਮਾਜ ਦੇ ਪ੍ਰਤੀ ਇਹ ਤਾਂ ਇਹ ਸਕੂਲ ਦੀ ਗੱਲ ਹੈ ਤੇ ਮਾਪੇ ਕਿੰਨੇ ਕਿਸੇ ਵਿੱਚ ਦੋਸ਼ੀ ਨੇ ਕਿਉਂਕਿ ਮਾਪੇ ਸਭ ਤੋਂ ਪਹਿਲਾਂ ਦੇਖਦੇ ਨਹੀਂ ਜਾਂ ਫਿਰ ਜ਼ਿੰਮੇਵਾਰੀਆਂ ਤੋਂ ਭੱਜਦੇ ਨੇ ਵੀ ਚਲੋ ਆਪਾਂ ਲਾ ਦਈਏ ਜਾਂ ਬੱਚਾ ਆਪੇ ਆਊਗਾ ਆਪੇ ਜਾਊਗਾ ਬਹੁਤ ਕੁਝ ਹੋਰ ਹੁੰਦਾ ਜਸਪ੍ਰੀਤ ਜੀ ਗੱਲ ਇਦਾਂ ਮਾਪੇ ਵੀ ਕਿਤੇ ਨਾ ਕਿਤੇ ਦੋਸ਼ੀ ਨੇ ਅਸੀਂ ਕੇਵਲ ਇੱਕ ਵਿਦਿਆ ਦੀ ਡਿਗਰੀ ਲੈਣ ਤੱਕ ਹੀ ਮਹਤਾਜ ਹੋ ਗਏ ਮਾਪਿਆਂ ਨੂੰ ਹੁੰਦਾ ਮੇਰਾ ਬੱਚਾ ਸ਼ਹਿਰ ਦੇ ਸਭ ਤੋਂ ਟੌਪ ਦੇ ਸਕੂਲ 'ਚ ਪੜੇ ਟੌਪ ਦੇ ਸਕੂਲ ਦੇ ਵਿੱਚ ਲੱਗੇ ਪੜੇ ਨਹੀਂ ਉੱਥੋਂ ਡਿਗਰੀ ਮੇਰੀ ਫਲਾਣੇ ਇੰਸਟੀਚਿਊਟ ਦੀ ਹੋਣੀ ਚਾਹੀਦੀ ਹੈ ਫੇਰ ਭਾਵੇਂ ਟਿਊਸ਼ਨਸ ਹੋਣ ਭਾਵੇਂ ਉਹ ਸਕੂਲ ਦੀ ਸਟੱਡੀ ਹੋਵੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਮਨ ਵਿੱਚ ਵੀ ਇਹ ਹੁੰਦਾ ਵੀ ਕੇਵਲ ਉਹ ਵਿਦਿਆ ਨੂੰ ਇੱਕ ਵਪਾਰੀ ਕਰਨ ਦੇ ਵਿੱਚ ਉਹ ਇੱਕ ਮੋਹਰਾ ਬਣ ਜਾਂਦੇ ਨੇ ਹਿੱਸਾ ਬਣ ਜਾਂਦੇ ਨੇ ਦੇ ਅੱਜ ਅਸੀਂ ਇੰਨਾ ਇਨਵੈਸਟ ਕਰ ਰਹੇ ਆ ਆਪਣੇ ਬੱਚੇ ਉੱਤੇ ਤੇ ਕੱਲ ਨੂੰ ਇਸ ਤੋਂ ਐਨਆਰ ਰਿਟਰਨ ਕਿੰਨੀ ਆਏਗੀ ਸਾਨੂੰ ਰਿਟਰਨ ਕਿੰਨੀ ਆਏਗੀ ਉਹ ਜਾ ਕੇ ਦੇਖਣਾ ਭੁੱਲ ਜਾਂਦੇ ਨੇ ਕਿ ਵਾਕਈ ਉਹ ਇਨਫਰਾਸਟ੍ਰਕਚਰ ਅਪ ਟੂ ਡੇਟ ਹੈ ਤੁਹਾਡੇ ਬੱਚਾ ਦੇਖੋ ਮੈਂ ਸਭ ਤੋਂ ਪਹਿਲਾਂ ਇੱਥੇ ਮੈਂ ਬੜਾ ਨਿਮੋਸ਼ੀ ਨਾਲ ਕਹਿਣਾ ਕਹਿਣਾ ਚਾ ਰਹੇ ਆ ਕਿ ਇਹ ਨਾ ਸੋਚੀਏ ਜੋ ਸਕੂਲ ਦੇ ਵਿੱਚ ਬੱਸਾਂ ਦੇ ਵਿੱਚ ਸਫਰ ਕਰ ਰਹੇ ਨੇ ਉਹ ਕਿਸੇ ਮਾਪਿਓ ਦੇ ਬੱਚੇ ਨੇ ਉਹ ਮਾਪਿਓ ਦੇ ਬੱਚੇ ਨਹੀਂ ਸਫਰ ਕਰ ਰਹੇ ਕਿਸੇ ਮਾਪਿਓ ਦਾ ਦਿਲ ਸਫਰ ਕਰ ਰਿਹਾ ਉਹਨਾਂ ਵਿੱਚ ਉਹਨਾਂ ਦੇ ਜਿਗਰ ਦੇ ਟੁਕੜੇ ਸਫਰ ਕਰ ਰਹੇ ਨੇ ਉਹਨਾਂ ਦੇ ਅਰਮਾਨ ਸਫਰ ਕਰ ਰਹੇ ਨੇ ਜਦੋਂ ਸਕੂਲ ਚ ਜਾਂਦੇ ਵੀ ਨਹੀਂ ਅੰਦਰ ਕਿਉਂਕਿ ਬਹੁਤ ਸਾਰੇ ਘਟਨਾਵਾਂ ਸਕੂਲਾਂ ਦੇ ਅੰਦਰ ਵੀ ਵਾਪਰ ਚੁੱਕੇ ਨੇ ਬਿਲਕੁਲ ਜੀ ਜਦੋਂ ਜਿਹੜਾ ਬੱਸ ਦਾ ਡਰਾਈਵਰ ਹੈ ਇਹ ਸੋਚ ਕੇ ਬੱਸ ਚਲਾਏਗਾ ਨਾ ਕਿ ਜਿਹੜੇ ਬੱਸ ਦੇ ਵਿੱਚ ਬੱਚੇ ਬੈਠੇ ਨੇ ਇਹ ਮੇਰੇ ਬੱਚੇ ਨੇ ਮੇਰੇ ਤਿੰਨ ਪੁੱਤਰ ਨੇ ਉਹਨੂੰ ਆਪਣੇ ਜਿਗਰ ਦੇ ਟੁਕੜੇ ਵੇਖਣਗੇ ਨਾ ਤਾਂ ਫਿਰ ਉਹ ਬੱਸ ਕਦੇ ਵੀ ਅਣਗੈਲੀ ਨਾਲ ਨਹੀਂ ਚਲਾਏਗਾ ਫਿਰ ਉਹਨੂੰ ਪਤਾ ਹੋਏਗਾ ਉਹਦੀ ਜ਼ਿੰਮੇਵਾਰੀ ਹੋਏਗੀ ਚਲੋ ਇਹਦਾ ਇੱਕ ਆਪਾਂ ਬਸ ਦੀ ਗੱਲ ਕਰਦੇ ਆਂ ਬਸ ਉੱਤੇ ਵੀ ਡਿਟੇਲ ਨਾਲ ਗੱਲ ਕਰਾਂਗੇ ਪਰ ਇਸ ਦੇ ਵਿੱਚ ਕਈ ਵਾਰ ਇਹ ਹੁੰਦਾ ਆ ਕਿ ਮਾਪੇ ਨੇ ਜਿਹੜੇ ਉਹ ਖੁੱਲਕੇ ਨਹੀਂ ਬੋਲ ਪਾਉਂਦੇ ਜਦ ਇੱਕ ਨਾਲ ਘਟਨਾ ਵਾਪਰਦੀ ਆ ਕੇਵਲ ਉਹਦਾ ਪਰਿਵਾਰ ਜਾਂ ਉਹਦੇ ਆਸ-ਪਾਸ ਦੇ ਕੁਝ ਲੋਕ ਬੋਲਦੇ ਨੇ ਤੇ ਬਾਕੀ ਕਹਿੰਦੇ ਸਾਨੂੰ ਕੀ ਪਿੱਛੇ ਹੋ ਜਾਂਦੇ ਨੇ ਇਹ ਗੱਲ ਇੱਥੇ ਆ ਗਈ ਜਦੋਂ ਸਾਨੂੰ ਕੀ ਦੀ ਸਾਡੀ ਫਿਤਰਤ ਹੋ ਗਈ ਨਾ ਜਦੋਂ ਅਸੀਂ ਸਾਨੂੰ ਕੀ ਤੇ ਆ ਕੇ ਖੜ ਗਏ ਜਾਂ ਮੈਨੂੰ ਕੀ ਹੈ ਉਦੋਂ ਹੀ ਸਮਾਜ ਦੇ ਵਿੱਚ ਗੜਬੜ ਹੋਣੀ ਸ਼ੁਰੂ ਹੋ ਜਾਂਦੀ ਹੈ ਨਾ ਕੇਵਲ ਸਕੂਲ ਦੇ ਜੋ ਇਨਸੀਡੈਂਟ ਹੋ ਰਹੇ ਨੇ ਇਹ ਹੋਰ ਵੀ ਸਮਾਜ ਦੇ ਵਿੱਚ ਜਿੰਨਾ ਵੀ ਦੁਰਾਚਾਰ ਆਇਆ ਹੋਇਆ ਜਾਂ ਜਿੰਨੀਆਂ ਵੀ ਘਨਾਉਣੀਆਂ ਹਰਕਤਾਂ ਹੋ ਰਹੀਆਂ ਇਹ ਕੇਵਲ ਇਹਦੇ ਪਿੱਛੇ ਕਾਰਨ ਨਹੀਂ ਹੈ ਜਾਂ ਸਾਨੂੰ ਕੀ ਮੈਨੂੰ ਕੀ ਜੇ ਆਪਾਂ ਅੱਜ ਬੈਠੇ ਆਂ ਡਿਸਕਸ ਕਰ ਰਹੇ ਆਂ ਸਮਾਜ ਵਾਸਤੇ ਕੁਝ ਕਿਉਂਕਿ ਆਪਾਂ ਸਮਾਜ ਦਾ ਹਿੱਸਾ ਕੱਲ ਨੂੰ ਕਿਸੇ ਨਾ ਹੋਇਆ ਕੱਲ ਨੂੰ ਮੇਰੇ ਨਾਲ ਹੋਣਾ ਹੈ ਜਦੋਂ ਗਵਾਂਡੀਆਂ ਦੇ ਘਰ ਵਿੱਚ ਲੱਗੀ ਅੱਗ ਬਸੰਤਰ ਲੱਗਦੀ ਹੈ ਨਾ ਤੇ ਜਦੋਂ ਆਪਣੇ ਘਰ ਵਿੱਚ ਲੱਗਣੀ ਹੈ ਪਤਾ ਉਦੋਂ ਲੱਗਣਾ ਹੈ ਪਤਾ ਉਦੋਂ ਅੱਛਾ ਚਲੋ ਮਾਪਿਆਂ ਦੀ ਗੱਲ ਕਰਦੇ ਆ ਵੀ ਮਾਪੇ ਵੀ ਦੋਸ਼ੀ ਆ ਟੀਚਰ ਵੀ ਆ ਪ੍ਰਸ਼ਾਸਨ ਕਿੰਨਾ ਗਿਸਤ ਵਿੱਚ ਦੋਸ਼ੀ ਹੁੰਦਾ ਕਿਉਂਕਿ ਪ੍ਰਸ਼ਾਸਨ ਜੇਕਰ ਚਾਹੇ ਬੇਸਖਤੀ ਨਾਲ ਕਾਰਵਾਈ ਕਰੇ ਤੇ ਨਾ ਮਾਪੇ ਨਾ ਸਕੂਲ ਵਾਲੇ ਆਪਣੀ ਮਨਮਾਨੀ ਨਹੀਂ ਕਰਦੇ ਜੀ ਜਸਪ੍ਰੀ ਜੀ ਗੱਲ ਬੜੀ ਵਧੀਆ ਤੁਹਾਡਾ ਸਵਾਲ ਹੈ ਪ੍ਰਸ਼ਾਸਨ ਦਾ ਬੜਾ ਵੱਡਾ ਰੋਲ ਹੈ ਕੋਈ ਸੁਸਾਇਟੀ ਨੂੰ ਚਲਾਉਣ ਦੇ ਲਈ ਭਾਵੇਂ ਉਹ ਸਰਕਾਰ ਹੈ ਭਾਵੇਂ ਪ੍ਰਸ਼ਾਸਨ ਹੈ ਉਹਦਾ ਬਹੁਤ ਵੱਡਾ ਰੋਲ ਹੁੰਦਾ ਹੈ ਪ੍ਰਸ਼ ਕਲਿੰਨੀਆਂ ਬਣਾ ਕੇ ਰੱਖਣੇ ਨਹੀਂ ਉਹਦਾ ਮੁੜ ਕੇ ਚੈੱਕ ਆਊਟ ਬੜਾ ਜ਼ਰੂਰੀ ਹੈ ਹੁਣ ਕੀ ਹੁੰਦਾ ਬਸ ਛੋਟੀ ਜੀ ਗੱਲ ਕਰ ਰਹੀ ਐ ਸਾਰਾ ਕੁਝ ਰੂਲਸ ਐਂਡ ਰੈਗੂਲੇਸ਼ਨਸ ਨਾਰਮਸ ਬਣੇ ਹੋਏ ਨੇ ਜੀ ਕੀ ਨਾਰਮਸ ਬਣੇ ਨੇ ਸਕੂਲ ਦੀ ਬਸ ਦਾ ਰੰਗ ਪੀਲਾ ਹੋਣਾ ਚਾਹੀਦਾ ਅੱਗੇ ਤੇ ਪਿੱਛੇ ਉਹਦਾ ਸਕੂਲ ਦਾ ਨੰਬਰ ਲਿਖਿਆ ਹੋਣਾ ਚਾਹੀਦਾ ਕੰਟੈਕਟ ਨੰਬਰ ਲਿਖਿਆ ਹੋਣਾ ਚਾਹੀਦਾ ਡਰਾਈਵਰ ਦਾ ਨਾਮ ਉਹ ਲਿਖਿਆ ਹੋਣਾ ਚਾਹੀਦਾ ਸਕੂਲ ਦਾ ਨਾਮ ਲਿਖਿਆ ਹੋਣਾ ਚਾਹੀਦਾ ਸਕੂਲ ਦੀ ਜੋ ਜਿਹਨੂੰ ਬੱਚੇ ਉਤਰਦੇ ਨੇ ਤਾਂ ਉਹਨਾਂ ਦੇ ਜੋ ਸਟੇਅਰਸ ਨੇ ਉਹ ਬਿਲਕੁਲ ਉਹਨਾਂ ਦੇ ਸਾਈਜ਼ 5.5 ਸਮਥਿੰਗ ਉਹ ਲਿਖਿਆ ਹੋਇਆ ਕਿ ਇੰਨਾ ਸੜਕਤ ਹੋਣਾ ਚਾਹੀਦਾ ਬੱਚਿਆਂ ਨੂੰ ਪੜਨ ਨੂੰ ਉਹਨਾਂ ਦੇ ਜੋ ਬੈਗਸ ਨੇ ਉਹਨਾਂ ਵਾਸਤੇ ਪ੍ਰੋਪਰ ਇੱਕ ਬੱਸ ਦੇ ਵਿੱਚ ਜਗ੍ਹਾ ਬਣੀ ਹੋਣੀ ਚਾਹੀਦੀ ਹੈ ਜੋ ਸ਼ੀਸ਼ੇ ਨੇ ਉਹਨਾਂ ਦੇ ਬਾਹਰ ਗ੍ਰਿਲ ਲੱਗੀ ਹੋਣੀ ਚਾਹੀਦੀ ਹੈ ਬੇਬੀ ਲੋਕ ਲੱਗੇ ਹੋਣੇ ਚਾਹੀਦ ਨੇ ਸਕੂਲ ਦੇ ਵਿੱਚ ਇੱਕ ਫਰਸਟ ایڈ ਬਾਕਸ ਹੋਣਾ ਚਾਹੀਦਾ ਸੋਰੀ ਬੱਸ ਦੇ ਵਿੱਚ ਫਰਸਟ ایڈ ਬਾਕਸ ਹੋਣਾ ਚਾਹੀਦਾ ਤੇ ਉਹਨਾਂ ਦੇ ਵਿੱਚ ਜੋ ਅੱਗ ਬਝਾਊ ਯੰਤਰ ਉਹ ਲੱਗੇ ਹੋਣੇ ਚਾਹੀਦੇ ਨੇ ਸਕੂਲ ਦੇ ਅੰਦਰ ਵੀ ਮਿਲਣਾ ਦਾ ਇਹ ਸਾਰੀ ਸਕੂਲ ਦੇ ਅੰਦਰ ਵੀ ਸਾਰੀਆਂ ਹੋਣੀ ਚਾਹੀਦੀਆਂ ਤੇ ਜਿੱਥੇ ਨਾਲ ਫੀਮੇਲਸ ਲੜਕੀਆਂ ਸਫ਼ਰ ਕਰਦੀਆਂ ਉਹਦੇ ਵਿੱਚ ਇੱਕ ਫੀਮੇਲ ਅਟੈਂਡੈਂਟ ਹੋਣਾ ਲਾਜ਼ਮੀ ਹੈ ਹੂੰ ਫਰਸਟ ایڈ ਹੋਣਾ ਲਾਜ਼ਮੀ ਹੈ ਇਹ ਸਾਰੀਆਂ ਗੱਲਾਂ ਜ਼ਰੂਰੀ ਨੇ ਹੂੰ ਪਰ ਕੌਣ ਪ੍ਰਵਾਹ ਕਰਦਾ ਫਿਰ ਆਪਾਂ ਜਦੋਂ ਚੈੱਕ ਕਰਦੇ ਆ ਮੋਟਰ ਵਹੀਕਲ ਇਨਸਪੈਕਟਰ ਦੀ ਡਿਊਟੀ ਹੁੰਦੀ ਹੈ ਜਾਂ ਜਿਹੜੇ ਚਾਈਲਡ ਪ੍ਰੋਟੈਕਸ਼ਨਸ ਡਿਪਾਰਟਮੈਂਟ ਬਣਿਆ ਹੋਇਆ ਉਹ ਸਮੇਂਦਰ ਸਮੇਂ ਚੈੱਕ ਕਰਦੇ ਨੇ ਪਰ ਅਕਸਰ ਤੁਸੀਂ ਦੇਖੋ ਮੋਟਰ ਵਹੀਕਲ ਇਨਸਪੈਕਟਰ ਹੈ ਉਹ ਜਿੱਥੇ ਪਹਿਲੀ ਗੱਲ ਤਾਂ ਸ਼ਹਿਰ ਦੇ ਵਿੱਚ ਕੋਈ ਪ੍ਰੋਪਰ ਜਗ੍ਹਾ ਨਹੀਂ ਗੱਡੀਆਂ ਚੈੱਕ ਕਰਨ ਦੀ ਦੂਜੀ ਗੱਲ ਉਹਨਾਂ ਕੋਲ ਕੀ ਉਹ ਜੋ ਕੁਆਲੀਫਾਈ ਨੇ ਕੁਆਲੀਫਿਕੇਸ਼ਨ ਉਹਨਾਂ ਕੋਲ ਐਸ ਪਰ ਉਹਨਾਂ ਦੀ ਡਿਊਟੀ ਜੋ ਉਹਨਾਂ ਦੀ ਸਰਵਿਸ ਹੈ ਉਹ ਹੈ ਕੀ ਗੱਲ ਉਹਨਾਂ ਕੋ ਮਕੈਨਿਕਲ ਡਿਗਰੀ ਹੈ ਜਾਂ ਉਹਨਾਂ ਕੋ ਮਕੈਨਿਕ ਹੈ ਨੇ ਕੇਵਲ ਬੱਸ ਦਾ ਰੰਗ ਦੇਖ ਲੈਣਾ ਜਾਂ ਬੱਸ ਦੇ ਵਿੱਚ ਕੇਵਲ ਫਾਰਮੈਲਿਟੀਜ਼ ਦੇਖ ਲੈਣੀ ਆ ਇਹ ਕਾਫੀ ਨਹੀਂ ਤੁਸੀਂ ਬੱਸ ਨੂੰ ਹੁਣ ਕੀ ਹੋਇਆ ਆਪਾਂ ਲੋਂਗੋਵਾਲ ਦੇ ਜੋ ਇਸ਼ੂ ਹੋਇਆ ਉਹਦੀ ਉਹਦੀ ਗੱਲ ਕਰ ਰਹੇ ਆ ਉਹ ਨਾਲ ਰਿਲੇਟਡ ਆਪਾਂ ਗੱਲ ਕਰੀਏ ਜੀ ਕੰਡਮ ਬੱਸ ਬਿਲਕੁਲ ਜਿਹੜੀ ਕਬਾੜ ਚੋਂ ਚੱਕੀ ਹੋਈ ਕੁਮਾਰ ਜੋ ਚੱਕੇ ਉਤੇ ਪੀਲਾ ਰੰਗ ਮਾਰਿਆ ਹੂੰ ਬਾਕੀ ਉਹਦੇ ਉਪਰ ਨਾਂ ਨੂੰ ਲਿਖਾਇਆ ਸਾਰਾ ਕੁਝ ਲਿਪੀ ਪੂੰਚੀ ਕਰੀ ਲਾ ਕੇ ਬਸ ਲਾਤੀ ਬਸ ਨੂੰ ਚੱਕ ਨੇ ਕਿੰਨੇ ਕਰਨਾ ਸੀ ਬਸ ਦਾ ਜੋ ਇੰਜਨ ਸੀ ਜੋ ਬਸ ਦਾ ਜੋ ਅੰਦਰਲਾ ਜੋ ਵੀ ਸਾਰੇ ਉਹ ਦੇਖਣਾ ਕਿੰਨੇ ਸੀ ਦਿੱਲੀ ਦੇ ਵਿੱਚ ਬੱਸਾਂ 15 ਸਾਲ ਤੋਂ ਵੱਧ ਬੈਨ ਹੋ ਗਈਆਂ ਹੋਈਆਂ ਹੂੰ ਉੱਥੇ ਨਹੀਂ ਉੱਥੇ ਪਾਸਿੰਗ ਨਹੀਂ ਹੁੰਦੀ ਹੈਗੀ ਪਾਸਿੰਗ ਸਾਡੇ ਅੱਜ ਵੀ ਪਾਸਿੰਗ ਹੋ ਰਹੀ ਹੈ ਫਿਰ ਅਸੀਂ ਦੇਖ ਨਹੀਂ ਰਹੇ 15 ਸਾਲ ਤੋਂ ਬੱਸਾਂ ਵੀ ਉੱਪਰ ਲੰਘ ਰਹੀਆਂ ਤਾਂ ਕੀ ਗੱਲ ਬੱਸਾਂ ਦਾ ਜੋ ਇੰਜਨ ਹੈ ਜੋ ਉਹਦੇ ਅੰਦਰ ਅੰਦਰ ਜੋ ਕੁਝ ਚਾਹੀਦਾ ਉਹਦੀਆਂ ਬ੍ਰੇਕਸ ਉਹਦੇ ਕਲਚ ਉਹਦਾ ਇੰਜਨ ਦਾ ਜੋ ਵੀ ਪਾਰਟ ਕੰਮ ਕਰ ਰਿਹਾ ਹੈ ਪ੍ਰੋਪਰ ਕਦੇ ਮੋਟਰ ਵਹੀਕਲ ਇਨਸਪੈਕਟਰ ਨੇ ਆਪਣੀ ਡਿਊਟੀ ਸਮਝੀਏ ਜਾ ਕੇ ਵੀ ਨਾਲ ਮਕੈਨਿਕ ਲੈ ਕੇ ਜਾਪ ਨਹੀਂ ਪਤਾ ਤਾਂ ਮਕੈਨਿਕ ਲੈ ਕੇ ਨੀਚੋਂ ਵੜ ਕੇ ਦੇਖੇ ਉੱਪਰੋਂ ਜਾ ਕੇ ਦੇਖੇ ਸਾਰੀ ਉਹ ਬਸ ਦੀ ਪ੍ਰੋਪਰ ਇਨਸਪੈਕਸ਼ਨ ਕਿਉਂਕਿ ਆਪਾਂ ਹੁਣ ਜਿਹ ਚੈਕਿੰਗ ਦੀ ਗੱਲ ਕਰੇ ਹੁਣ ਵੀ ਅਸੀਂ ਜਿਹੜੀਆਂ ਚੈਕਿੰਗਾਂ ਦੇਖੀਆਂ ਹੁੰਦੀਆਂ ਤੇ ਕੇਵਲ ਉਹਨੂੰ ਰੋਕ ਕੇ ਸੀਟਸ ਵਗੈਰਾ ਸਾਰਾ ਕੁਝ ਦੇਖ ਕੇ ਉਹਦੀ ਚਲਾਨ ਕਰ ਦਿੱਤਾ ਜਾਂਦਾ ਵੀ ਠੀਕ ਹੈ ਦੇਖੋ ਲਾਇਸੈਂਸ ਨਹੀਂ ਜਾਂ ਦੇ ਕੁਆਰ ਸੀ ਨਹੀਂ ਜਾਂ ਤੇਰੇ ਕਾਗਜ਼ੀ ਪੂਰੇ ਜਗ ਬਸ ਪੁਰਾਣੀ ਆ ਪਰ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਤਾਂ ਮਨ ਲ ਤੁਸੀਂ ਪ੍ਰੋਪਰ ਉਸਤੇ ਜਾ ਕੇ ਕਿਉਂ ਨਹੀਂ ਉਹਨੂੰ ਦੇਖਦੇ ਆ ਕਿ ਬੱਸਾਂ ਦੀ ਚੈਕਿੰਗ ਕਰਦੇ ਜਿੱਥੇ ਹੈਗਾ ਉਹਨੂੰ ਬੱਸਾਂ ਉਦੋਂ ਕਿਉਂ ਨਹੀਂ ਤੁਸੀਂ ਅਸਲ ਵਿੱਚ ਆਪਾਂ ਬੱਸਾਂ ਦੀ ਗੱਲ ਕਰਦੇ ਆ ਸਕੂਲ ਦੇ ਅੰਦਰ ਜਿਹੜਾ ਮਾਹੌਲ ਹੁੰਦਾ ਹੈ ਸਕੂਲ ਦੇ ਅੰਦਰ ਵੀ ਤਾਂ ਇਹੀ ਮਾਹੌਲ ਹੁੰਦਾ ਕਿਉਂਕਿ ਇੱਕ ਪਿੱਛੇ ਘਟਨਾ ਵਾਪਰੀ ਸੀ ਇੱਕ ਛੋਟੀ ਬੱਚੀ ਨਾਲ ਜਿਹੜੇ ਪਰ ਸਕੂਲ ਦੇ ਅੰਦਰ ਸਟਾਫ ਵੱਲੋਂ ਕੀਤਾ ਗਿਆ ਤੇ ਆਪਾਂ ਸਕੂਲ ਸਟਾਫ ਦੀ ਵੀ ਜੇ ਗੱਲ ਕਰ ਲਈਏ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਸਕੂਲ ਸਟਾਫ ਰੱਖਿਆ ਜਾਂਦਾ ਉਹ ਪਰਮਾਨੈਂਟ ਤੇ ਸਹੀ ਰੱਖਿਆ ਜਾਂਦਾ ਕੇਵਲ ਜਾਂ ਕੇਵਲ ਸਸਤੇ ਬੰਦੇ ਦੇਖ ਕੇ ਰੱਖ ਲੱਤੇ ਜਾਂਦੇ ਤੇ ਮਹਿੰਗੇ ਅਫਸਰ ਨਾ ਕੀਤੇ ਜਾਂਦੇ ਐਡੇ ਵਧੀਆ ਇੱਕ ਨੋਬਲ profession ਨੂੰ ਇੱਕ business hub ਬਣਾ ਲਾਂਗੇ ਉਹਨੂੰ ਸੋਚਾਂਗੇ ਕਿ ਇੰਡਸਟਰੀ ਆ ਮੈਂ ਇਸ ਇੰਡਸਟਰੀ ਤੋਂ ਪੈਸਾ ਕਮਾਣਾ ਹੈ ਤੇ ਜਦੋਂ ਤੁਹਾਡੀ ਨੀਅਤ ਹੋ ਜਾਈਏ ਨਾ ਤੁਹਾਡੀ ਚਾਹਨਾ ਹੋ ਜਾਈਏ ਕਿ ਮੈਂ ਇੱਕ ਐਜੂਕੇਸ਼ਨ ਇੰਡਸਟਰੀ ਬਣਾਣਾ ਹੈ ਤੋਂ ਪੈਸਾ ਕਮਾਣਾ ਨਾਥਿੰਗ ਐਲਸ ਤਾਂ ਤੁਹਾਡੀ ਨੀਅਤ ਦੇ ਵਿੱਚ ਖੋਟ ਉਸੇ ਦਿਨ ਤੋਂ ਸ਼ੁਰੂ ਹੋ ਗਈ ਫਿਰ ਉਹਦੇ ਲਈ ਤੁਸੀਂ ਬਿਲਕੁਲ ਨਹੀਂ ਦੇਖੋਗੇ ਕਿ ਮੈਂ ਬੱਚਿਆਂ ਦਾ ਬਤੌਰ ਮਾਪਿਓ ਫਰਜ਼ਾਦਾ ਕਰਨਾ ਮੈਂ ਉਹਦੇ ਇੱਕ ਪੇਰੈਂਟਸ ਵਾਲੀ ਜ਼ਿੰਮੇਵਾਰੀ ਅਦਾ ਕਰਨੀ ਹੈ ਕਿਉਂਕਿ ਉਹ ਕਿਸੇ ਦੇ ਬੱਚੇ ਨਹੀਂ ਮੇਰੇ ਬੱਚੇ ਨੇ ਇਹ ਜਦੋਂ ਤੁਹਾਡੇ ਚ ਮੰਨਫੀ ਹੋ ਗਈ ਭਾਵਨਾ ਫਿਰ ਤੁਸੀਂ ਬੱਚਿਆਂ ਨੂੰ ਇੱਕ ਪ੍ਰੋਡਕਟ ਸਮਝੋਗੇ ਫਿਰ ਬੱਚਿਆਂ ਨੂੰ ਵਿੱਦਿਆ ਤੁਸੀਂ ਵੇਚੋਗੇ ਕੇਵਲ ਕੀ ਹੈ ਸਾਡੇ ਇੱਥੇ ਹੋ ਕੀ ਰਿਹਾ ਹੈ ਬਿਲਕੁਲ ਜੋ ਬਿਗੈਰ ਨੌਲੇਜ ਤੋਂ ਡਿਗਰੀ ਵੇਚੀ ਜਾ ਰਹੀ ਹੈ ਇੱਕ ਡਿਗਰੀ ਲੈ ਲੈਣਾ ਹੀ ਵਿੱਦਿਆ ਨਹੀਂ ਹੈ ਬੱਚਿਆਂ ਨੂੰ ਆਪਣੀ ਐਜੂਕੇਸ਼ਨ ਕਿੱਥੇ ਚੱਲ ਗਈ ਪਾਲਸੀ ਐਜੂਕੇਸ਼ਨ ਦਾ ਮਿਆਰ ਇਹਨਾਂ ਕਿਉਂ ਗਿਰ ਰਿਹਾ ਧੜਾ ਧੜ ਯੂਨੀਵਰਸਿਟੀਆਂ ਕਾਲਜ ਸਕੂਲ ਖੁੱਲੇ ਜਾ ਰਹੇ ਨੇ ਉਹਨਾਂ ਦਾ ਜਾ ਕੇ ਦੇਖਿਆ ਕਿ ਉਹਨਾਂ ਕੋਲ ਡਿਗਰੀਆਂ ਧੜਾ ਧੜ ਆ ਰਹੀਆਂ ਬੱਚਿਆਂ ਕੋਲ ਨੌਲੇਜ ਹੈ ਹੀ ਨਹੀਂ ਐਦਾਂ ਹੀ ਟਰਾਂਸਪੋਰਟ ਪਾਲਿਸੀ ਹੈ ਐਦਾਂ ਹੀ ਆਪ ਇੱਧਰ ਗੱਲ ਕਰੀਏ ਲਾਇਸੈਂਸ ਇਸ਼ੂ ਹੋ ਰਿਹਾ ਲਾਇਸੈਂਸ ਐਦਾਂ ਹੀ ਧੜਾ ਧੜ ਦੇ ਰਹੇ ਨੇ ਪਤਾ ਹੈ ਨਹੀਂ ਗੱਡੀ ਚਲਾਣਾ ਕਿਵੇਂ ਜਦ ਕਿ ਮਿਨੀਮਮ 5 ਸਾਲ ਦਾ ਐਕਸਪੀਰੀਅੰਸ ਚਾਹੀਦਾ ਐ ਐਕਸਪੀਰੀਅੰਸ ਕਿੱਥੋਂ ਬਣ ਜਾਣਾ ਕਿਸੇ ਕੋਲ ਜਾ ਕੇ ਤਜਰਬਾ ਲੈ ਕੇ ਰਿਟਰਨ ਦੇ ਵਿੱਚ ਲੀਪੀ ਪੋਚੀ ਕਰੀ ਲਿਆ ਜੀ ਠੀਕ ਹੈ ਜੀ ਮੈਂ ਤੁਹਾਨੂੰ ਛੋਟੀ ਜਿਹੀ ਇੱਕ ਐਗਜ਼ਾਮਪਲ ਦਿੰਨਾ ਪੋਲਿਊਸ਼ਨ ਸਰਟੀਫਿਕੇਟ ਹੈ ਮੈਨੂੰ ਲੱਗਦਾ ਤੁਸੀਂ ਜਾਂ ਮੈਂ ਅਸੀਂ ਦੇਖਿਆ ਵੀ ਤਕਰੀਬਨ ਗੱਡੀ ਦਾ ਪੋਲਿਊਸ਼ਨ ਲੈਣ ਜਾਈਏ ਕਿਸੇ ਨੇ ਕਿੰਨਾ ਕੁ ਚੈੱਕ ਕਰ ਦਿੰਦੇ ਉਹਨਾਂ ਦੀ ਮਸ਼ੀਨ ਕੰਮ ਨਹੀਂ ਕਰਦੀ ਤੁਹਾਨੂੰ ਆਪਣੀ ਨਿੱਜੀ ਜਾਣਕਾਰੀ ਦੱਸਦਾ ਚੰਡੀਗੜ੍ਹੋਂ ਪਿਛਲੇ ਹਫਤੇ ਆ ਰਹੇ ਸੀ ਪੰਜਾਬ ਰੋਡਵੇਜ਼ ਦੀ ਬੱਸ ਸਾਡੇ ਕੋਲ ਜਾ ਰਹੀ ਹੈ ਹੂੰ ਤੇ ਉਹਨੇ ਜਦੋਂ ਐਕਸੀਲੇਟਰ ਦੇ ਉੱਪਰ ਡਰਾਈਵਰ ਨੇ ਪੈਰ ਰੱਖਿਆ ਤਾਂ ਮੇਰਾ ਖਿਆਲ ਹੈ ਕਿ ਸੜਕ ਸਾਰੀ ਧੂਆਂ ਖੀ ਗਈ ਹੂੰ ਧੂਆਂ ਜੀ ਧੂਆਂ ਸਾਰੀ ਸੜਕ ਤੇ ਹੋ ਗਿਆ ਜੀ ਤੇ ਮੈਂ ਮੇਰੇ ਨਾਲ ਮੇਰੇ ਦੋਸਤ ਸੀ ਮੈਂ ਗੱਲ ਕਰੀ ਮੈਂ ਕਿਹਾ ਵੀ ਜੇ ਹੁਣ ਇਹਨਾਂ ਨੂੰ ਰੋਕੇ ਪੁੱਛੀਏ ਇਹਨਾਂ ਨੇ ਕੇਵਲ 50 ਰੁਪਏ ਦਾ ਦਿਖਾ ਦੇਣਾ ਚਾਕੇ ਵੀ ਆਹ ਸਾਡੇ ਕੋਲ ਪੋਲੂਸ਼ਨ ਸਰਟੀਫਿਕੇਟ ਹੈ ਜੀ ਇਹਨਾਂ ਦਾ ਚਲਾਨ ਨਹੀਂ ਹੋਣਾ ਓਕੇ ਹੈ ਜੀ ਹੂੰ ਕੇਵਲ ਦੇਖਣਾ ਤਾਂ ਇਹ ਸੀ ਪੋਲਿਊਸ਼ਨ ਹੈ ਕਿ ਨਹੀਂ ਹੋ ਰਿਹਾ ਹੈ ਚੈੱਕ ਤਾਂ ਉਹ ਕਰਨਾ ਸੀ ਅਸੀਂ ਸਰਟੀਫਿਕੇਟ ਚੈੱਕ ਕਰੀ ਜਾਂਦੇ ਆ ਅਸੀਂ ਦੇਖਣਾ ਸੀ ਬੰਦੇ ਨੂੰ ਚਲਾਣੀ ਆਉਂਦੀ ਹੈ ਕਿ ਨਹੀਂ ਚਲਾਣੀ ਆਉਂਦੀ ਅਸੀਂ ਡਰਾਈਵਿੰਗ ਲਾਇਸੈਂਸ ਚੈੱਕ ਕਰੀ ਜਾਂਦੇ ਆ ਚੈਕਿੰਗ ਕਰਨੀ ਕੀ ਸੀ ਤੇ ਕਰ ਕੀ ਰਹੇ ਆ ਅਸੀਂ ਅੱਛਾ ਕਈ ਵਾਰ ਅਸੀਂ ਜਿਹੜੇ ਪਲੇਵੇ ਸਕੂਲ ਵੀ ਅੱਜ ਕਾ ਸਕੂਲਾਂ ਦੇ ਅੰਦਰ ਖੁੱਲੇ ਹੋਏ ਨੇ ਬੱਚੇ ਕੀ ਲੱਗਦਾ ਨਹੀਂ ਵੀ ਉਹ ਪੈਰ ਟ੍ਰੇਨ ਟੀਚਰ ਉੱਥੇ ਚਾਹੀਦੇ ਨੇ ਜਿਹੜੇ ਕਿ ਨਹੀਂ ਹੁੰਦੇ ਹੈਗੇ ਕਿਉਂਕਿ ਬੱਚੇ ਨੂੰ ਹੈਂਡਲ ਕਰਨਾ ਇੱਕ ਵੱਡੀ ਆਰਟ ਹੈ ਬਈ ਵਿਦੇਸ਼ਾਂ 'ਚ ਦੇਖਿਆ ਆ ਤਾਂ ਉਹਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਆ ਵਕਾਇਦਾ ਮਾਪੇ-ਬਾਪ ਨੂੰ ਵੀ ਟ੍ਰੇਨਿੰਗ ਦਿੱਤੀ ਜਾਂਦੀ ਆ ਬੱਚੇ ਨੂੰ ਤੁਸੀਂ ਕਿਵੇਂ ਸਾਂਭਣਾ ਕਿਵੇਂ ਪਾਲਣਾ ਜੇ ਨਹੀਂ ਸਾਂਭ ਸਕਦੇ ਤਾਂ ਗਵਰਨਮੈਂਟ ਲੈ ਲੈਂਦੀ ਆ ਕੀ ਇੱਥੇ ਉਹ ਕੁਝ ਹੁੰਦਾ ਕਿ ਵਾਕਈ ਜ਼ੀਰੋ ਨਾਮ ਦਾ ਸਿਰਫ ਦਿਖਾਵਾ ਹੀ ਆ ਜੀ ਅਸੀਂ ਕੀ ਆ ਅਸੀਂ ਰੀਸ ਤਾਂ ਵਿਦੇਸ਼ਾਂ ਦੀ ਬਹੁਤ ਕਰਦੇ ਆ ਵੈਸਟਰਨ ਦੀ ਵੈਸਟਰਨ ਕੰਟਰੀ ਰਿਸਰਚ ਅਸੀਂ ਕਰਦੇ ਆਂ ਪਰ ਚੰਗੀ ਚੀਜ਼ ਅਸੀਂ ਉੱਥੋਂ ਇੱਕ ਵੀ ਨਹੀਂ ਲਈ ਅਜੇ ਤੱਕ ਮਾੜੀਆਂ ਹਰੇਕ ਚੀਜ਼ ਗ੍ਰਹਿਣ ਕਰ ਲਈਆਂ ਚੰਗੀ ਤੁਸੀਂ ਜਾ ਕੇ ਉੱਥੇ ਉਹਨਾਂ ਦੀ ਐਜੂਕੇਸ਼ਨ ਪਾਲਿਸੀ ਜਾਂ ਬੱਚਿਆਂ ਨੂੰ ਪੜ੍ਹਾਈ ਦਾ ਜਦੋਂ ਕਰਕੇ ਆਉਂਦੇ ਨੇ ਨਾ ਤੁਸੀਂ ਦੇਖੋ ਕਿੰਨੀ ਕੇਅਰ ਹੈ ਉੱਥੇ ਤਾਂ ਛੋਟੇ-ਛੋਟੇ ਜਾਨਵਰ ਦੇ ਵੀ ਇੰਨੀ ਕੇਅਰ ਹੈ ਪਸ਼ੂ ਪੰਛੀਆਂ ਦੀ ਕੇਅਰ ਹੈ ਬੱਚਿਆਂ ਦੀ ਕਿਉਂ ਨਹੀਂ ਕਰਨਗੇ ਜਦੋਂ ਟ੍ਰੈਫਿਕ ਲੰਘ ਰਹੀ ਹੈ ਬੱਚੇ ਦੀ ਬੱਸ ਆਉਣੀ ਹੈ ਤਾਂ ਆਟੋਮੈਟਿਕਲੀ ਕੰਟਰੀ ਵਿੱਚ ਬੈਰੀਕੇਡ ਖੜੇ ਹੋ ਜਾਂਦੇ ਨੇ ਉਹਨਾਂ ਦੀ ਸਟੇਅਰਸ ਨੀਚੇ ਆਉਂਦੀਆਂ ਬੱਚਾ ਹੁੰਦਾ ਤਾਂ ਦੋਨੋਂ ਸਾਈਡ ਦੀ ਟ੍ਰੈਫਿਕ ਪਹਿਲੀ ਗੱਲ ਆਟੋਮੈਟਿਕਲੀ ਉੱਥੇ ਸਟਾਪ ਹੋ ਜਣੀ ਹੈ ਜੇ ਤੁਸੀਂ ਦੂਰੋਂ ਦੇਖ ਲੈ ਕਿ ਬੱਚਾ ਸੜਕ ਕ੍ਰੋਸ ਕਰ ਰਿਹਾ ਜਾਂ ਸਕੂਲ ਬੱਸ ਆਈ ਹੈ ਤਾਂ ਤੁਹਾਡਾ ਉਹ ਦ੍ਰਿਸ਼ ਦੇਖਣ ਵਾਲਾ ਹੁੰਦਾ ਉੱਥੋਂ ਅਸੀਂ ਉਹਨਾਂ ਦ੍ਰਿਸ਼ਾਂ ਤੋਂ ਕੁਝ ਨਹੀਂ ਸਿੱਖਦੇ ਦੋਨੋਂ ਸਾਈਡ ਟ੍ਰੈਫਿਕ ਟ੍ਰੈਫਿਕ ਉੱਥੇ ਹੀ ਸਟਾਪ ਐਸਾ ਉਹ ਸਿੱਖਦੇ ਆਂ ਵੀ ਜੇ ਇੱਥੇ ਵੀ ਬੱਸ ਸਕੂਲ ਦੀ ਖੜੀ ਆ ਤੇ ਬੱਚੇ ਉੱਥੇ ਤਾਂ ਕੋਈ ਪਰਵਾਹ ਨਹੀਂ ਮੇਰੇ ਵਰਗਾ ਕਦੇ ਇਧਰੋਂ ਸਕੂਟਰ ਕੱਢਦਾ ਮੋਟਰਸਾਈਕਲ ਕਰੇ ਦੂਜੇ ਪਾਸੇੋਂ ਕੱਢਦਾ ਕੋਈ ਲੈਣਾ ਦੇਣਾ ਨਹੀਂ ਤੇ ਉਹ ਨਹੀਂ ਤੇ ਪੁਲਿਸ ਵੀ ਆਰਾਮ ਨਾਲ ਖੜੀ ਦੇਖ ਰਹੀ ਹੁੰਦੀ ਆ ਵੀ ਠੀਕ ਹੈ ਬੱਸ ਆਰੀ ਨਹੀਂ ਐਕਚੁਅਲੀ ਅ ਬੱਸਾਂ ਚਲਾ ਰਹੇ ਆ ਤੇ ਬੱਸਾਂ ਨੇ ਆਪਣਾ ਟਾਈਮ ਚੱਕਣਾ ਹੁੰਦਾ। ਹੂੰ ਬੱਸਾਂ ਨੂੰ ਟਾਈਮ ਚੱਕਣ ਦੀ ਕਾਲੀ ਹੁੰਦੀ ਐ। ਅੱਡੇ ਦੇ ਉੱਪਰ ਇੱਕ ਜਾਂ ਦੋ ਮਿੰਟ ਮਿਲਦਾ ਜੀ ਇੱਕ ਜਾਂ ਦੋ ਮਿੰਟ। ਮਸਾਂ ਹੀ 2 ਮਿੰਟ ਤਾਂ ਬਹੁਤ ਜ਼ਿਆਦਾ ਐ। ਉਹਦੇ ਕਰਕੇ ਇੰਨੇ ਪੰਕਚੁਅਲ ਤਾਂ ਅਸੀਂ ਹੈ ਨਹੀਂ ਹੂੰ ਇੰਡੀਆ ਦੇ ਵਿੱਚ। ਪਿੱਛੋਂ ਲੇਟ ਹੁੰਨੇ ਆ ਫਿਰ ਵਾਹੋ ਦਾ ਹੀ ਭਜਾਣੇ ਆ ਜ਼ਿਆਦਾਤਰ। ਫਿਰ ਅੱਛਾ ਦੂਜੀ ਗੱਲ ਕਾਨੂੰਨ ਦੀ ਗੱਲ ਤੁਸੀਂ ਕਰੀ ਸੀ। ਕਾਨੂੰਨ ਦੇ ਵਿੱਚ ਫਿਰਗੇ ਕੀ ਹੁੰਦਾ? ਬਾਹਰ ਕਾਨੂੰਨ ਬੜੇ ਸਖਤ ਨੇ। ਹੂੰ ਇੱਥੇ ਜੇ ਬੱਸ ਭਜਾਈ ਜਾ ਰਿਹਾ ਪਹਿਲੀ ਗੱਲ ਤਾਂ ਨੂੰ ਇਹ ਸੋਚਣਾ ਚਾਹੀਦਾ ਵੀ ਘੱਟੋ-ਘੱਟ ਮੈਂ 50-60 ਪਰਿਵਾਰ ਤੁਸੀਂ ਦੇਖੋ ਕਿੱਡੀ ਵੱਡੀ ਰਿਸਪੌਂਸਿਬਿਲਟੀ ਇੱਕ ਡਰਾਈਵਰ ਦੇ ਉੱਪਰ ਉਹ 50 60 ਜਾਂ ਜਿੰਨੇ ਵੀ ਉਹਦੇ ਵਿੱਚ ਕੈਪੈਸਿਟੀ ਹੈ 52 ਸੀਟਰ ਹੈ ਤਾਂ 52 ਪਰਿਵਾਰ ਵੈਸੇ ਤਾਂ 52 ਹੁੰਦੇ ਨਹੀਂ 70 80 100 ਦੇ ਨੇੜੇ ਲੱਦੇ ਹੁੰਦੇ ਨੇ ਉਹ ਪਰਿਵਾਰਾਂ ਦੇ ਮੁਖੀ ਜਾਂ ਜ਼ਿੰਮੇਵਾਰੀ ਉਹਦੇ ਵਿੱਚ ਕੋਈ ਇਕਲੌਤਾ ਪੁੱਤ ਹੋਵੇਗਾ ਕਿਸੇ ਦੀ ਧੀ ਹੋਏਗੀ ਕੋਈ ਮਾਪਿਓ ਹੋਏਗਾ ਕੋਈ ਬਜ਼ੁਰਗ ਹੋਣਗੇ ਉਹ ਸਾਰੇ ਪਰਿਵਾਰਾਂ ਦੀ ਜ਼ਿੰਮੇਵਾਰੀ ਇੱਕ ਬੰਦੇ ਨੂੰ ਦਿੱਤੀ ਹੋਈ ਉਹ ਬੰਦਾ ਲੈ ਕੇ ਜਾ ਰਿਹਾ ਬਹੁਤ ਵੱਡੀ ਜ਼ਿੰਮੇਵਾਰੀ ਹੈ ਜੇ ਉਹ ਸੋਚ ਕੇ ਚੱਲੇ ਸੋਚ ਪਰ ਸੋਚ ਦੇ ਨਹੀਂ ਅੱਛਾ ਆਪਾਂ ਆਪਾਂ ਗੱਲ ਇਹਦੀ ਕਰੀਏ ਜਾਂ ਕਈ ਵਾਰ ਸਪੀਡ ਦਿੱਤੇ ਜਾਂਦੇ ਆ ਬੱਸ ਕਿ ਸਕੂਲੀ ਬੱਸਾਂ ਦੇ ਵਿੱਚ ਸਪੀਡ ਗਵਰਨੈਂਸ ਹੋਣਾ ਚਾਹੀਦਾ ਨਹੀਂ ਬਿਲਕੁਲ ਹੋਣਾ ਚਾਹੀਦਾ ਹੈ ਕਿਉਂਕਿ ਸਪੀਡ ਤੇ ਡਿਪੈਂਡ ਕਰਦਾ ਸਾਡੀਆਂ ਹੁਣ ਗੱਲ ਸਰਕਾਰਾਂ ਦੀ ਆ ਜਾਂਦੀ ਹੈ ਸਾਡਾ ਇਨਫਰਾਸਟ੍ਰਕਚਰ ਤੋਂ ਉਹਦਾ ਬਣਿਆ ਨਹੀਂ ਸੜਕਾਂ ਦੀ ਹਾਲਤ ਦੇਖੋ ਕੀ ਹੈ ਲਾਂਡਰਾ ਜਾ ਕੇ ਦੇਖੋ ਉੱਥੋਂ ਸਾਰੇ ਮੇਰੇ ਖਿਆਲ ਆ ਕਿ ਹਾਈ ਕੋਰਟ ਦੇ ਜੱਜਸ ਮੋਸਟਲੀ ਐਮ ਐਲ ਏ ਮਿਨਿਸਟਰਸ ਪ੍ਰਸ਼ਾਸਨਿਕ ਅਧਿਕਾਰੀ ਤੇ ਸਾਰੇ ਵਕੀਲ ਸਾਰੇ ਲੰਘਦੇ ਹੋਣਗੇ ਉੱਥੋਂ ਕਿੰਨੇ ਸਾਲ ਹੋ ਗਏ ਉਹਦੇ ਹਾਲਾਤ ਨੂੰ ਉੱਥੇ ਅੱਜ ਤੱਕ ਕਿਉਂ ਨਹੀਂ ਪ੍ਰੋਪਰ ਬਣ ਸਕਿਆ ਹੈਗਾ ਅਸੀਂ ਇਨਫਰਾਸਟ੍ਰਕਚਰ ਦਾ ਦੇਖਦੇ ਨਹੀਂ ਹੋਰ ਸਾਡੇ ਕੋਲ ਜੱਜਮੈਂਟਸ ਆਈ ਜਾਂਦੀ ਨੇ ਭਾਵੇਂ ਉਹ ਸਟਿੱਕਰਾਂ ਦੀ ਹੋਵੇ ਭਾਵੇਂ ਕੋਈ ਹੋਰ ਹੋਵੇ ਕਟੋ-ਕਟ ਜਿੱਥੇ ਹਿਊਮਨ ਲਾਈਫ ਦੀ ਵੈਲਿਊ ਹੈ ਬਾਹਰ ਕੀ ਹੈ ਫੋਰਨ ਦੇ ਵਿੱਚ ਉੱਥੇ ਜਿੱਥੇ ਮਨੁੱਖੀ ਜ਼ਿੰਦਗੀ ਦਾ ਸਵਾਲ ਹੈ ਨਾ ਉੱਥੇ ਕੋਈ ਸਮਝੌਤਾ ਨਹੀਂ ਜਿੱਥੇ ਮਨੁੱਖੀ ਜ਼ਿੰਦਗੀ ਦੀ ਗੱਲ ਹੈ ਉੱਥੇ ਉਹਨਾਂ ਨੇ ਸਾਰਾ ਕੁਝ ਛੱਡ ਛੜਾ ਕੇ ਮਨੁੱਖੀ ਜ਼ਿੰਦਗੀ ਦਿਲਾ ਦਨਾ ਸਾਡੇ ਵਿੱਚ ਕੀ ਹੈ ਅਸੀਂ ਹਿਊਮਨ ਲਾਈਫ ਦੀ ਵੈਲਿਊ ਕੋਈ ਨਹੀਂ ਸਾਡਾ ਇਨਫਰਾਸਟ੍ਰਕਚਰ ਦੇਖ ਲੋ ਸੜਕਾਂ ਦਾ ਕੀ ਹਾਲ ਹੈ ਟੋਏ ਬਿਲਕੁਲ ਬੁਰਾ ਹਾਲ ਹੈ ਤੇ ਉਹਦੇ ਵਿੱਚੋਂ ਜਦੋਂ ਬੱਸਾਂ ਲੰਘਣ ਗਈਆਂ ਵਾਹੋ ਦਾ ਹੀ ਫਿਰ ਸਾਡੇ ਕੋ ਗੱਡੀਆਂ ਕਿਹੜੀਆਂ ਆ ਗਈਆਂ ਗੱਡੀਆਂ 200 ਦੀ ਸਪੀਡ ਤੇ ਗੱਡੀਆਂ ਦੋ ਹੁੰਦੇ ਮੀਟਰ ਤੇ ਅਸੀਂ ਪੂਰਾ ਜ਼ੋਰ ਲਾ ਕੇ ਭਜਾਣੇ ਆ ਵੀ ਜਿੱਥੋਂ ਦਾ ਖੋ ਸਕੇ ਵੀ ਅਸੀਂ ਰੇਸਾਂ ਲਾਣੇ ਆ ਇਹ ਰੇਸਾਂ ਲਾਣ ਵ ਕੋਈ ਕਰ ਵੇਟ ਕਰ ਰਿਹਾ ਕਿਸੇ ਦੇ ਪੂਰਾ ਜ਼ਦਾਰੋ ਮਦਾਰ ਉਸ ਤੇ ਜ਼ਿੰਦਗੀ ਦੇ ਉੱਪਰ ਹੁੰਦਾ ਹੈ ਕਿ ਸਰ ਘਰ ਦਾ ਇਕੱਲਾ ਹੀ ਕਮਾਨ ਵਾਲਾ ਜੀ ਹੁੰਦਾ ਬਿਲਕੁਲ ਬਿਲਕੁਲ ਬੜਾ ਅਨਗਹਿਲੀ ਤੇ ਕਰਦੇ ਆ ਅੱਛਾ ਆਪਾਂ ਜੇ 올ਓਵਰ ਦੇਖੀਏ ਸਕੂਲਾਂ ਦੇ ਸਟਾਫ ਦੀ ਗੱਲ ਕਰਦੀਏ ਜਾਂ ਸਕੂਲਾਂ ਦੇ ਬਿਹੇਵੀਅਰ ਦੀ ਗੱਲ ਕਰ ਲਈਏ ਜਾਂ ਸਕੂਲਾਂ ਦੀਆਂ ਬੱਸੇਜ਼ ਦੀ ਗੱਲ ਕਰਦੇ ਆ ਤੇ ਇਹਦੇ ਸਾਰਿਆਂ ਨੂੰ ਲੈ ਕੇ ਕਾਨੂੰਨ ਕੀ ਕਹਿੰਦਾ ਕਾਨੂੰਨ ਕਿੱਥੇ ਲਾਗੂ ਹੁੰਦਾ ਤੇ ਕਾਨੂੰਨੀ ਦੇ ਤੌਰ ਤੇ ਦੇ ਦੇਖੇ ਕਾਨੂੰਨ ਤੌਰ ਤੇ ਤਾਂ ਕੀ ਕੀ ਜੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਕਿ ਨਹੀਂ ਹੁੰਦੀਆਂ ਜੀ ਜਸਪ੍ਰੀ ਜੀ ਕਾਨੂੰਨ ਤਾਂ ਦੇਖੋ ਜੇ ਜਦੋਂ ਇਸ ਤਰੀਕੇ ਨਾਲ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਕਿਸੇ ਦੀ ਤਾਂ ਇੰਡੀਅਨ ਪੈਨਲ ਕੋਡ ਹੈ ਉਹਦੇ ਵਿੱਚ ਧਾਰਾ 304ਏ ਹੈ ਕਿ ਨੈਗਲੀ ਨੈਗਲੀਜੈਂਸੀ ਨਾ ਹੋਈ ਹਮ ਭਾਵੇਂ ਰੈਸ਼ ਜਾਂ ਨੈਗਲੀਜੈਂਸੀ ਹੋਵੇ ਉਹਦੇ ਨਾਲ ਹੋਈ ਤੇ ਉਹ ਮਤਲਬ ਇਹ ਨਹੀਂ ਦੇਖਦੇ ਵੀ ਬੱਚਾ ਹੈ ਜਾਂ ਵੱਡਾ ਹੈ ਬਿਲਕੁਲ ਜੀ ਉਹਦੇ ਵਿੱਚ ਕੀ ਹੈ ਸਿੰਪਲ ਫਿਰ 2 ਸਾਲ ਦੀ ਸਜ਼ਾ ਉਹਦੇ ਵਿੱਚ ਤੇ ਅਵੇਲੇਬਲ ਅਫੈਂਸ ਹੈ ਜਮਾਨਤ ਯੋਗ ਹੈ ਮੁਕਤ ਜਮਾਨਤ ਹੋ ਜਾਂਦੀ ਹੈ ਮਤਲਬ ਬੰਦਾ ਮਾਰਤਾ ਜਾਂ ਬੱਚੇ ਮਾਰਤੇ ਉਹ ਡਰਾਈਵਰ ਨੇ ਤੇ ਉਸ ਤੋਂ ਬਾਅਦ ਉਹਨੂੰ ਸਿਰਫ ਜਮਾਨਤ ਤੇ ਲੈ ਕੇ ਬੈਹ ਸਕਦਾ ਤੇ 2 ਸਾਲ ਬਾਅਦ ਤੋਂ ਬਚ ਸਕਦਾ ਜੀ ਜੀ ਕਿਤੇ ਨਾ ਕਿਤੇ ਕਾਨੂੰਨ ਦੀਆਂ ਧਾਰਾਂ ਸਖਤ ਕਰਨ ਦੀ ਵੀ ਲੋੜ ਹੈ ਕਿਉਂਕਿ ਜਿਸ ਮੁਤਾਬਕ ਜਦੋਂ ਅਸੀਂ ਉਸ ਮੁਤਾਬਕ ਨਹੀਂ ਚੱਲਦੇ ਜੋ ਹਾਲਾਤ ਨੇ ਧਰਤਲ ਦੇ ਉੱਪਰ ਐਕਚੁਅਲੀ ਹੈ ਕੀ ਹੈ ਤੇ ਸਾਡੀ ਅਸੀਂ ਕੀ ਕਰ ਰਹੇ ਹਾਂ ਸੜਕਾਂ ਦੇ ਉੱਪਰ ਅਕਸਲ ਦੇਖੋ ਤੁਸੀਂ ਪਿਛਲੇ ਚੰਡੀਗੜ੍ਹ ਦੀ ਖਬਰ ਆਈ ਸੀ ਕਿ ਰਾਤ ਨੂੰ ਅੰਨੇ ਵਾ ਭੱਜੇ ਜਾ ਰਹੇ ਸੀ ਗੱਡੀਆਂ ਭਜਾਰੇ ਸੀ ਦੋ ਮੁੰਡੇ ਸੀ ਤੇ ਵਿੱਚ ਜਾ ਕੇ ਕਿਸੇ ਦੇ ਵਜੇ ਨਾਲ ਆਪ ਮਾਰਗੇ ਨਾਲ ਕਿਸੇ ਨੂੰ ਮਾਰ ਗਏ ਕਿਸੇ ਦੀ ਗਲਤੀ ਦਾ ਖਮਿਆza ਦੂਜਾ ਕਿਉਂ ਭੁਗਤੇ ਰੇਸਾਂ ਤੁਸੀਂ ਲਾ ਰਹੇ ਹੋ ਉੱਥੇ ਕੇਵਲ 304 ਹੀ ਲਾ ਕੇ ਜਾਂ ਜੇ ਕੋਈ ਬੰਦਾ ਵੱਜ ਕੇ ਲਾ ਕੇ ਨੂੰ ਬਰੀ ਕਰਦਣਾ ਕੋਈ ਚੰਗੀ ਗਲਤੀ ਨਹੀਂ ਹੈਗੀ ਅੱਜ ਸਕੂਲਾਂ ਦੇ ਉੱਤੇ ਕਾਨੂੰਨੀ ਕੰੰਜਾ ਕਿਸ ਤਰ੍ਹਾਂ ਕਸਿਆ ਬੈ ਜਾ ਸਕੂਲਾਂ ਨੂੰ ਲੈ ਕੇ ਸਪੈਸ਼ਲ ਇਹ ਪਕਲ ਕਰ ਰਹੇ ਸਕੂਲਾਂ ਦੀ ਦੇਖੋ ਇਹਦੇ ਲਈ ਤਾਂ ਸੁਹਿਰਦ ਹੋਣਾ ਪੈਣਾ ਹੈ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਵੀ ਸੁਹਿਰਦ ਹੋਣਾ ਪੈਣਾ ਹੈ ਕਾਨੂੰਨ ਕੀ ਕਹਿੰਦਾ ਕਾਨੂੰਨ ਮੇਨ ਕਾਨੂੰਨ ਦੀ ਸਭ ਤੋਂ ਕਾਨੂੰਨ ਬਣਿਆ ਹੋਇਆ ਕਾਨੂੰਨ ਬਿਲਕੁਲ ਪ੍ਰੋਪਰ ਸਾਰੇ ਐਕਟ ਬਣੇ ਹੋਏ ਨੇ ਪਰ ਗੱਲ ਕੀ ਹੈ ਸਾਨੂੰ ਐਕਟ ਲਾਗੂ ਕਰਨੇ ਪੈਣੇ ਨੇ ਭਾਈ ਹੁੱਕ ਬਾਈਕਰੁਖ ਜਦੋਂ ਤੁਸੀਂ ਕੋਈ ਐਕਟ ਲਾਗੂ ਕਰਨਾ ਤਾਂ ਤੁਹਾਨੂੰ ਉਥੇ ਕਿਤਨਕ ਦੀ ਸ਼ਕਤੀ ਵਰਤਣੀ ਪੈਣੀ ਹੈ ਉਥੇ ਭਾਈ ਭਤੀਜਾਵਾਦ ਨਹੀਂ ਚੱਲਣਾ ਕਿ ਇਹ ਮੇਰਾ ਹੈ ਇਹਨੂੰ ਮੈਂ ਛੱਡਦਾ ਇਹ ਦੂਜਿਆਂ ਨੂੰ ਨਾ ਕਰਾਂ ਜਿੱਥੇ ਸਕੂਲਾਂ ਦੀ ਗੱਲ ਆ ਉਹਦੇ ਵਿੱਚ ਪ੍ਰੋਪਰ ਹਰੇਕ ਚੀਜ਼ ਦਾ ਰੂਲਸ ਐਂਡ ਰੈਗੂਲੇਸ਼ਨਸ ਸਾਰੇ ਕੁਝ ਉਹਨਾਂ ਰਿਕਾਰਡ ਹੈ ਨਾਰਮਸ ਬਣੇ ਹੋਏ ਨੇ ਪਰ ਉਹਨਾਂ ਸਕੂਲ ਵਾਲੇ ਮੰਨਦੇ ਨਹੀਂ ਸਕੂਲ ਵਾਲੇ ਲਾਗੂ ਨਹੀਂ ਕਰਦੇ ਜਾਂ ਲਾਗੂ ਕਰਵਾਉਣ ਵਾਲੇ ਲਾਗੂ ਨਹੀਂ ਕਰਵਾਉਂਦੇ ਹੈਗੇ ਜੇ ਤੁਸੀਂ ਸਹੀ ਤਰੀਕੇ ਨਾਲ ਲਾਗੂ ਕਰੋ ਤਾਂ ਬਹੁਤ ਹੱਦ ਤੱਕ ਇਹ ਚੀਜ਼ਾਂ ਤੋਂ ਨਜਾਤ ਪਾਈ ਜਾ ਸਕਦੀ ਹੈ ਚੀਜ਼ਾਂ ਤੋਂ ਛੁਟ ਪ੍ਰਾਪਤ ਕੀਤਾ ਜਾ ਸਕਦਾ ਕਿਉਂ ਕਿਉਂ ਲਾਗੂ ਨਹੀਂ ਕਰਾਉਣ ਦੇ ਕਰਾਉਣ ਵਾਲੇ ਜੇ ਆਪਾਂ ਦੇਖੀਏ ਕਿ ਕਿੱਥੇ ਪ੍ਰੋਬਲਮ ਹੁੰਦੀ ਹੈ ਕਿ ਇਹ ਰਹਿੰਦਾ ਵੀ ਕੁਝ ਬੰਦੇ ਜਾਣੂ ਹੋ ਜਾਂਦੇ ਆ ਸਾਡੇ ਜਾਂ ਸਾਡੀ ਹੋ ਰਹੇ ਨੇ ਦੇਖੋ ਗੱਲ ਫਿਰ ਉੱਥੇ ਆ ਜਾਂਦੀ ਹੈ ਕਿਉਂਕਿ ਇਹ ਨਾ ਇੱਕ ਨੈਕਸਸ ਬੜਾ ਬਣ ਚੁੱਕਿਆ ਹੈ ਪੋਲੀਟੀਕਲ ਬੰਦਿਆਂ ਦਾ ਤੇ ਜੋ ਸਮਾਜ ਦੇ ਵਿੱਚ ਸਰਮਾਇਦਾਰ ਬੰਦੇ ਨੇ ਕਿਉਂਕਿ ਉਹੀ ਗੱਲ ਆ ਗਈ ਨਾ ਜਦੋਂ ਤੁਸੀਂ ਇੱਕ ਬਿਜ਼ਨਸ ਬਣਾਓਗੇ ਸਕੂਲ ਕਾਲਜ ਬੜੇ ਬੜੇ ਵੱਡੇ ਯੂਨੀਵਰਸਿਟੀਆਂ ਬਣ ਚੁੱਕੀਆਂ ਯੂਨੀਵਰਸਿਟੀ ਤੇ ਇੱਕ ਬੜਾ ਵੱਡਾ ਇੱਕ ਨਾ ਇੰਪੋਰਟੈਂਸ ਹੁੰਦੀ ਸੀ ਯੂਨੀਵਰਸਿਟੀ ਐਦਾਂ ਨਹੀਂ ਸੀ ਬਣਦੀ ਮੈਨੂੰ ਯਾਦ ਪੰਜਾਬ ਚ ਕੇਵਲ ਦੋ ਜਾਂ ਤਿੰਨ ਯੂਨੀਵਰਸਿਟੀਆਂ ਸੀ ਪੰਜਾਬੀ ਪੰਜਾਬ ਗੁਰੂ ਨਾਨਕ ਦੇਵ ਜੁਨੀਵਰਸਿਟੀ ਸੀ ਤੇ ਜਾਇ ਅਗਰੀਕਲਚਰ ਯੂਨੀਵਰਸਿਟੀ ਬਣੀ ਹੈ ਅੱਜ ਪੰਜਾਬ ਦੇ ਵਿੱਚ ਤੁਸੀਂ ਗਿਣਤੀ ਕਰਕੇ ਦੇਖੋ ਯੂਨੀਵਰਸਿਟੀ ਕਿੰਨੀਆਂ ਹੋ ਗਈਆਂ ਇਹ ਵਿੱਦਿਆ ਦਾ ਵਪਾਰੀ ਕਰਨੀ ਹੈ ਇਹਦੇ ਉੱਪਰ ਆਪਾਂ ਕਿਤੇ ਲੱਗ ਕੇ ਤੇ ਡਿਬੇਟ ਕਰਾਂਗੇ ਜਦੋਂ ਤੁਸੀਂ ਐਕਸੈਸ ਦੇ ਵਿੱਚ ਇਦਾਂ ਵਿੱਦਿਆ ਵਿੱਚ ਲੱਗ ਜਾਓਗੇ ਫਿਰ ਉੱਥੇ ਕਿਤੇ ਨਾ ਕਿਤੇ ਕੁਆਲਿਟੀ ਚ ਗ੍ਰਾਵਟ ਕਿਤੇ ਨਾ ਕਿਤੇ ਕਿ ਆਉਣੇ ਹੀ ਆਉਣੀ ਹੈ ਕੁਆਲਿਟੀ ਚ ਗ੍ਰਾਵਟ ਉੱਥੇ ਕੁਆਲਿਟੀ ਨੇ ਤੁਹਾਡੇ ਕੋਲ ਦੇ ਹੋਣੀ ਜਦੋਂ ਤੁਸੀਂ ਕੁਆਂਟੀਟੀ ਦੇ ਮਗਰ ਪੈਗੇ ਜਦੋਂ ਤੁਸੀਂ ਗਿਣਤੀ ਵਧਾਉਣ ਦੇ ਪਿੱਛੇ ਪੈ ਗਏ ਨਾ ਫਿਰ ਗੁਣਾਤਮਕ ਪੱਖੋਂ ਕਮਜ਼ੋਰ ਹੋਣਾ ਹੀ ਹੋਣਾ ਹੈ ਅਸੀਂ ਆਪਾਂ ਸ਼ੁਰੂ ਚ ਗੱਲ ਕੀਤੀ ਸੀ ਇੱਕ ਬਿਜ਼ਨਸ ਨੂੰ ਲੈ ਕੇ ਗੱਲ ਚੱਲਦੀ ਸੀ ਹੁਣ ਵੀ ਆਪਾਂ ਕਹਿੰਦੇ ਬਿਜ਼ਨਸ ਇਹ ਕਰਦੇ ਪਏ ਨੇ ਜਿਹੜੇ ਸਕੂਲ ਨੇ ਇਹਨਾਂ ਤੋਂ ਕੋਈ ਲਗਾਮ ਨਹੀਂ ਕਸੀ ਜਾ ਸਕਦੀ ਕਾਨੂੰਨੀ ਤੌਰ ਦੇ ਉੱਤੇ ਕਿਉਂਕਿ ਇਹ ਵਰਦੀਆਂ ਵੀ ਖੁਦ ਵੇਚਦੇ ਨੇ ਕਿਤਾਬਾਂ ਵੀ ਖੁਦ ਹੀ ਵੇਚਦੇ ਨੇ ਤੇ ਬੱਚਿਆਂ ਨੂੰ ਮਜਬੂਰ ਵੀ ਕਰਦੇ ਨੇ ਕਿ ਨਹੀਂ ਜੇ ਤੂੰ ਬਸੱਤ ਦੀ ਗੱਲ ਕਰਦੇ ਸਹੂਲਤਾਂ ਦੀ ਵੀ ਅਸੀਂ ਸਹੂਲਤਾਂ ਦਵਾਂਗੇ ਪਰ ਹੁੰਦਾ ਕੁਝ ਵੀ ਨਹੀਂ ਪਿੱਛੇ ਕਿਉਂਕਿ ਉਹਨਾਂ ਨੇ ਕੇਵਲ ਵਿੱਦਿਆ ਵੇਚਣਾ ਬਿਜ਼ਨਸ ਨਹੀਂ ਬਣਾਇਆ ਵਿੱਦਿਆ ਦੀ ਆੜ ਦੇ ਵਿੱਚ ਆਪਣਾ ਯੂਨੀਫਾਰਮ ਦਾ business ਚਲਾ ਰਹੇ ਨੇ ਮੈਂ ਗਾਰਮੈਂਟਸ ਦਾ business ਕਰਦਾ ਜੇ ਗਾਰਮੈਂਟ ਦਾ business ਕਰਨਾ ਤਾਂ ਓਪਨਲੀ ਦੁਕਾਨ 'ਚ ਆਜੋ ਮਾਰਕੀਟ 'ਚ ਆਜੋ ਪਰ ਨਹੀਂ ਤੇ ਬੁੱਕ ਸੈਲਰ ਦਾ business ਚਲਾ ਰਹੇ ਨੇ ਟਰਾਂਸਪੋਰਟ ਦਾ business ਚਲਾ ਰਹੇ ਨੇ ਇੱਕੋ ਹੀ ਆੜ ਦੇ ਵਿੱਚ ਕਈ business ਚਲਾਏ ਜਾ ਰਹੇ ਨੇ ਉਹਦੇ ਵਿੱਚ ਕੋਈ ਚੈੱਕ ਐਂਡ ਕੰਟਰੋਲ ਨਹੀਂ ਉਹਨਾਂ ਦੇ ਉੱਪਰ ਤੇ ਘਟੋ ਘਟ ਹੁਣ ਪਤਾ ਹੋਣਾ ਚਾਹੀਦਾ ਹੈ ਕਿ ਕਿੱਥੇ ਕੀ ਅਸੀਂ ਸਮਾਜ ਵਾਸਤੇ ਕੀ ਕਰ ਰਹੇ ਹਾਂ ਸਾਡਾ ਕੋਈ ਸਮਾਜ ਪ੍ਰਤੀ ਕੀ ਦੇਣਾ ਹੈ ਬੱਚਿਆਂ ਨੂੰ ਬੱਚੇ ਸੂ ਹੀ ਸਕੂਲ ਤੋਂ ਆ ਰਹੇ ਸੀ ਚੈੱਕ ਕਰਵਾ ਕੇ ਬੱਚੇ ਸਹੀ ਤਰੀਕੇ ਨਾਲ ਸਕੂਲ ਚੋਂ ਆ ਗਏ ਉਤਰ ਉਤਰ ਰਹੇ ਨੇ ਸਹੀ ਤਰੀਕੇ ਨਾਲ ਚੜ੍ਹ ਰਹੇ ਨੇ ਤੁਹਾਡੀ ਕਿੰਨੀ ਕ ਹੈ ਜਿਹੜੇ ਡਰਾਈਵਰ ਰੱਖੇ ਜਾ ਰਹੇ ਨੇ ਉਹ ਡਰਾਈਵਰਾਂ ਦੀ ਕੀ ਜ਼ਿੰਮੇਵਾਰੀ ਹੈ ਡਰਾਈਵਰ ਪੀ ਪ੍ਰੋਪਰ ਉਹਦੇ ਕੋਲ ਯੂਨੀਫਾਰਮ ਪ੍ਰੋਪਰ ਐਕਸਪੀਰੀਅੰਸ ਪ੍ਰੋਪਰ ਨੋਲਿਜ ਹੈ ਉਹਨੂੰ ਜਿਹੜੀ ਉਹ ਗੱਡੀ ਲੈ ਰਿਆ ਕੋ ਬਿਲਕੁਲ ਕਬਾੜ ਚੁਦਾ ਨਹੀਂ ਲੈ ਕੇ ਆ ਰਿਹਾ ਹੈਗਾ ਕੇਵਲ ਪੀਲਾ ਰੰਗ ਕਰਿਆ ਤਾਂ ਗੱਡੀ ਬੜੀ ਦੇਖਣ ਨੂੰ ਜੀ ਸਾਫ ਸੁਥਰੀ ਕਰਕੇ ਖਲਾਰਤੀ ਜਦ ਕਿ ਗੱਡੀ ਨੂੰ ਜਦੋਂ ਤੁਸੀਂ ਥੋੜੇ ਜhone ਰਿਸ ਲੈਣੀ ਹੈ ਤਾਂ ਗੱਡੀ ਨਾਲ ਉਹਦੇ ਐਕਸੀਡੈਂਟ ਹੋ ਜਾਣਾ ਗੱਡੀ ਦੇ ਟਾਇਰ ਠੀਕ ਨੇ ਇਹ ਸਕੂਲ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਸਭ ਤੋਂ ਪਹਿਲਾਂ ਸਕੂਲ ਨੇ ਦੇਖਣਾ ਹੈ ਉਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੇਖਣਾ ਹੈ ਸਰਕਾਰਾਂ ਨੇ ਤਾਂ ਮੁੜਕੇ ਉੱਥੇ ਜਾ ਕੇ ਜ਼ਿੰਮੇਵਾਰੀ ਤੈਅ ਹੋਣੀ ਹੈ ਸਾਰੀ ਜਾ ਕੇ ਬਾਅਦ ਚ ਫਿਰ ਕੀ ਹੁੰਦਾ ਜਦੋਂ ਹੁੰਦੇ ਨੇ ਤਾਂ ਇੱਕ ਮੋਟਰ ਵਿਕਲੈਕਟ ਹੈ 166 ਧਾਰਾ ਦੇ ਅਧੀਨ ਫਿਰ ਅਸੀਂ ਕਲੇਮ ਲੈਣਾ ਹੈ ਕਲੇਮ ਠੀਕ ਹੈ ਕਿ ਇੱਕ ਪ੍ਰੋਬਿਊਨਲ ਬਣਿਆ ਹੋਇਆ ਮੋਟਰ ਐਕਸੀਡੈਂਟ ਕਲੇਮ ਕਲੇਮ ਟ੍ਰਿਬਿਊਨਲ ਬੜੇ ਬੜੇ ਭਾਰੇ ਮੁਆਵਜ਼ੇ ਪਾਏ ਜਾ ਰਹੇ ਨੇ ਪਰ ਜਿਹੜੀ ਜ਼ਿੰਦਗੀ ਚਲੀ ਗਈ ਜਿਹੜੀ ਜਾਨ ਚਲੀ ਗਈ ਉਹ ਮੁੜ ਕੇ ਜਾਨ ਪੈਸਿਆਂ ਚ ਨਹੀਂ ਆਉਣੀ ਉਹਦੇ ਨਾਲ ਜ਼ਰੂਰ ਉਹਨੂੰ ਹੈਲਪ ਤਾਂ ਜ਼ਰੂਰ ਹੋ ਜਾਂਦੀ ਹੈ ਕਰਦਿਆਂ ਨੂੰ ਪਰ ਮੁੜ ਕੇ ਵਾਪਸ ਨਹੀਂ ਆਉਂਦੀ ਜੀ ਜ਼ਿੰਦਗੀ ਬੜੀ ਕੀਮਤੀ ਹੈ ਜ਼ਿੰਦਗੀ ਸੜਕਾਂ ਤੇ ਨਾ ਕਿਸੇ ਦੀ ਗਵਾ ਸੜਕਾਂ ਤੇ ਜ਼ਿੰਦਗੀ ਐਦਾਂ ਨਾ ਬਰਬਾਦ ਹੋਣ ਨਿੱਕੇ ਨਿੱਕੇ ਬਾਲ ਨਾ ਬਰਬਾਦ ਹੋਣ ਇਹਦੇ ਲਈ ਬਹੁਤ ਸੰਜੀਦਗੀ ਦੇ ਨਾਲ ਬੜੀ ਸਹਿਰਦਤਾ ਦੇ ਨਾਲ ਸੋਚਣਾ ਪੈਣਾ ਸਾਰਿਆਂ ਨੂੰ ਮਿਲ ਬੈਠ ਕੇ ਭਾਵੇਂ ਉਹ ਸਕੂਲ ਦਾ ਮੈਨੇਜਮੈਂਟ ਹੈ ਭਾਵੇਂ ਉਹ ਪ੍ਰਸ਼ਾਸਨਿਕ ਅਧਿਕਾਰੀ ਨੇ ਤੇ ਭਾਵੇਂ ਸਰਕਾਰ ਹੈ ਸਾਰਿਆਂ ਨੇ ਤੇ ਭਾਵੇਂ ਬੱਚਿਆਂ ਦੇ ਮਾਪੇ ਨੇ ਉਹਨਾਂ ਨੇ ਵੀ ਕੇਵਲ ਬੱਚੇ ਸਕੂਲ ਚ ਲਾ ਕੇ ਬੱਚੇ ਉਸਨੇ ਸਕੂਲ ਚ ਲਾ ਕੇ ਲਾਤੇ ਜੀ ਤੇ ਉੱਥੋਂ ਬੱਚੇ ਵੱਡੇ ਹੋਣਗੇ ਕਮਾਈ ਹੋਗੀ ਬਿਲਕੁਲ ਐਦਾਂ ਸੋਚ ਕੇ ਸਾਡੂੰ ਸੋਚ ਬਦਲਣੀ ਪੈਣੀ ਹੈ ਤਾ ਜਦੋਂ ਸਾਰੇ ਮਿਲ ਬੈਠ ਕੇ ਵਿਚਾਰ ਕਰਾਂਗੇ ਤਾਂ ਕਿਤੇ ਕਿਸੇ ਨਤੀਜੇ ਤੇ ਪਹੁੰਚਾਂਗੇ ਬਿਲਕੁਲ ਤਾਂ ਹੀ ਜਿਹੜਾ ਕੁਝ ਹਿਸਤੇ ਹੋ ਸਕਦਾ ਬਿਲਕੁਲ ਗੁਰਾਇਤ ਸਾਹਿਬ ਨੇ ਸਹੀ ਕੀਤੀ ਹੈ ਕਿ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਆ ਅਸੀਂ ਸਿਰਫ ਇੱਕ ਇਹਨੂੰ ਬਿਜ਼ਨਸ ਬਣਾ ਲਿਆ ਆ ਅਸੀਂ ਚੈੱਕ ਨਹੀਂ ਕਰਦੇ ਵੀ ਸਕੂਲ ਦਾ ਸਿਸਟਮ ਕੀ ਹੈ ਸਿਰਫ ਪੀਸ ਜੰਨੇ ਸਾਨੂੰ ਲੱਗਦਾ ਹੈ ਬੱਚੇ ਸੇਫ ਨੇ ਜਾ ਕੇ ਪੜ੍ਹਦੇ ਨੇ ਪਰ ਅਸੀਂ ਕਦੇ ਵੀ ਨਹੀਂ ਕਰਦੇ ਸਾਨੂੰ ਹਮੇਸ਼ਾ ਹੀ ਚਾਹੀਦਾ ਕਿ ਅਸੀਂ ਹਰ ਮਹੀਨੇ ਚੈੱਕ ਕਰੀਏ ਕਿ ਜਿੱਥੇ ਬੱਚਾ ਆਉਂਦਾ ਜਾਂਦਾ ਉਹਦੀ ਫੈਸਿਲਿਟੀ ਕਿਵੇਂ ਦੀ ਆ ਜਿੱਥੇ ਬੱਚਾ ਬੈੰਦਾ ਉਹ ਕਿਵੇਂ ਦਾ ਮਾਹੌਲ ਕਿਵੇਂ ਦਾ ਹੈ ਹੋ ਸਕਦਾ ਤਾਂ ਸੀਸੀਟੀਵੀ ਕੈਮਰੇ ਸਾਰੇ ਕਿਤੇ ਹੋਣ ਇਹਦੇ ਕੰਟਰੋਲ ਮਾਪਿਆਂ ਕੋਲ ਵੀ ਹੋਣਾ ਚਾਹੀਦਾ ਤਾਂ ਕਿ ਉਹ ਸਾਰਾ ਕੁਝ ਦੇਖਦੇ ਰਹਿਣ ਕਿ ਚੱਲਦਾ ਕੀ ਆ ਸੋ ਗੁਰਾਇਆ ਸਾਹਿਬ ਵੱਖ-ਵੱਖ ਜਿਹੜੇ ਮੁੱਦੇ ਸੀ ਇਸ ਦੇ ਵਿੱਚ ਜੁੜੇ ਹੋਏ ਚਾਹੇ ਉਹ ਬਿਜ਼ਨਸ ਕਰਨਾ ਹੋਵੇ ਤੁਸੀਂ ਜਿਵੇਂ ਦੱਸਿਆ ਬਹੁਤ ਸਾਰੇ ਬਿਜ਼ਨਸ ਸਕੂਲ ਜਿਹੜੇ ਚਲਾ ਰਹੇ ਨੇ ਵੱਖ-ਵੱਖ ਬਿਜ਼ਨਸ ਨੇ ਇਹਦੇ ਅੰਦਰ ਚਾਹੇ ਉਹ ਬੱਚਿਆਂ ਦੀ jaan ਦਾ ਹੋਵੇ ਪਰ ਇੱਕ 마ਸੂਮ ਜ਼ਿੰਦਗੀ ਜਿਹੜੀ ਚੱਲੇ ਜਾਂਦੀ ਉਹਦਾ ਬਿਲਕੁਲ ਇਹ ਗੱਲ ਹੈਗੀ ਆ ਬਹੁਤ ਸਾਰੇ ਘਟਨਾਵਾ ਇਕੱਲੀ ਲੋਂਗੋ ਵਾਲੀ ਬਹੁਤ ਸਾਰੀਆਂ ਹੋਰ ਵੀ ਘਟਨਾਵਾ ਹੋਈਆਂ ਸੀ ਪਰ ਅਸੀਂ ਬਹੁਤ ਛੋਟੀ ਜਿਹੜੀ ਸੋਚ ਜਾਂ ਛੋਟੇ ਟਾਈਮ ਲਈ ਸੋਚਦੇ ਆਂ ਗੱਲ ਨੂੰ ਵੱਡੀ ਨਹੀਂ ਸੋਚ ਲੰਗੋਵਾਲ ਦੀ ਘਟਨਾ ਹੋ ਗਈ ਅੱਜ ਸਾਰੇ ਡਿਬੇਟਸ ਹੋਣਗੇ ਵਿਚਾਰ ਚਰਚਾ ਚੱਲਣਗੇ ਇਹ ਕਿਉਂ ਨਾ ਹਮੇਸ਼ਾ ਵਾਸਤੇ ਹੋਵੇ ਕਿਤੇ ਵੀ ਨਾ ਹੋਵੇ ਕਿਤੇ ਵੀ ਜਦੋਂ ਕਿਤੇ ਐਦਾਂ ਦੀ ਘਟਨਾ ਵਾਪਰਦੀ ਹੈ ਉਦੋਂ ਪ੍ਰਸ਼ਾਸਨ ਵੀ ਹਰਕਤ ਤੇ ਆ ਜਾਂਦਾ ਹੈ ਥੋੜੇ ਦਿਨ ਚਲਦੇ ਨੇ ਮੁੜ ਕੇ ਫੇਰ ਹਾਲਾਤ ਉਹੀ ਨੇ ਬਿਲਕੁਲ ਜੀ ਹਾਲਾਤ ਜਿਹੜਾ ਬਦਲਣ ਦੀ ਲੋੜ ਆ ਸੋ ਤੁਹਾਡਾ ਬਹੁਤ ਧੰਨਵਾਦ ਹੈ ਗੁਰਾਂ ਸਿੰਘ ਸਾਹਿਬ ਤੁਸੀਂ ਫੇਰ ਟਾਈਮ ਦਿੱਤਾ ਆਪਣਾ ਥੈਂਕ ਯੂ ਵੈਰੀ ਮਚ ਬਿਲਕੁਲ ਜੀ ਅੱਜ ਜਿਹੜੀ ਅਸੀਂ ਇਹ ਡਿਬੇਟ ਕੀਤੀ ਹੈ ਜਾਂ ਅਸੀਂ ਗੱਲਬਾਤ ਕੀਤੀ ਹੈ ਕਰਨੀ ਜ਼ਰੂਰੀ ਸੀ ਬੇਸ਼ੱਕ ਅੱਜ ਲੰਗੋਵਾਲ ਦੇ ਹਾਸੇ ਨੂੰ ਕਾਫੀ ਦਿਨ ਹੋ ਚੁੱਕੇ ਨੇ ਪਰ ਅਜੇ ਹਾਸੇ ਨਿੱਕੇ ਮੋਟੇ ਹੁਣ ਵੀ ਹੋ ਰਹੇ ਨੇ ਕਿਤੇ ਨਾ ਕਿਤੇ ਜੜੀਆਂ ਬਹੁਤ ਸਾਰੀਆਂ ਵੀਡੀਓ ਸਾਡੇ ਕੋਲ ਆ ਰਹੀਆਂ ਨੇ ਕਿ ਸਕੂਲਾਂ ਨੇ ਛੁੱਟੀਆਂ ਤੱਕ ਵੀ ਕਰ ਦਿੱਤੀਆਂ ਸੀ ਕਿ ਉਹਨਾਂ ਦੀ ਜਿਹੜੀ ਬੱਸਿਸ ਦਾ ਚਲਾਨ ਨਾ ਹੋਵੇ ਫੜੀਆਂ ਨਾ ਜਾਣ ਤੇ ਕਿਤੇ ਨਾ ਕੰਡ ਮੋਣਿਆ ਨਿਆ ਸੀ ਪਰ ਅਸੀਂ ਖਲਵਾੜ ਕਰ ਰਹੇ ਆ ਆਪਣੇ ਬਿਜ਼ਨਸ ਦੇ ਤੌਰ ਤੇ ਤੇ ਬੱਚਿਆਂ ਨੂੰ ਬਰੀ ਦਾ ਜਿਹੜਾ ਬੱਕਰਾ ਬਣਾ ਰਿਹਾ ਪਰ ਉਹ ਨਾ ਕਰੀਏ ਤੇ ਇਹਨੂੰ ਬਿਜ਼ਨਸ ਨਾ ਸਮਝੀਏ ਕਿਸੇ ਦੀ ਜ਼ਿੰਦਗੀ ਨਾਲ ਨਾ ਖੇਲੀਏ ਤਾਂ ਹੀ ਜਿਹੜਾ ਮੈਨੂੰ ਲੱਗਦਾ ਸਹੀ ਹੋਵੇਗਾ ਤੇ ਕਾਨੂੰਨ ਨੂੰ ਵੀ ਆਪਣੀ ਜਿਹੜੀ ਕਾਰਵਾਈ ਉੱਪਰ ਪ੍ਰੋਪਰ ਕਰਨੀ ਪਾਉਗੀ ਪ੍ਰਸ਼ਾਸਨ ਨੂੰ ਵੀ ਜਿਹੜਾ ਜਾਗਣਾ ਪਾਊਗਾ ਹਰ ਵਾਰੀ ਜਿਹੜੀ ਚੈਕਿੰਗ ਹੋਵੇ ਕੇਵਲ ਹਾਸਿਆ ਦੀ ਇੰਤਜ਼ਾਰ ਕਰਕੇ ਚੈਕਿੰਗ ਨਾ ਹੋਵੇ ਤਾਂ ਹੀ ਜਿਹੜਾ ਕਿਸ ਦਾ ਭਲਾ ਹੋ ਸਕਦਾ ਆ ਸੋ ਹੁਣ ਮੈਨੂੰ ਜਸਪੀਤ ਸਿੰਘ ਅਸ਼ਕਨੂ ਦੇ ਅਹਿਜ਼ਾਜ਼ਤ ਧੰਨਵਾਦ